ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦਾ ਮੁੱਖ ਵਾਕ ਹੈ, ਸਤਿਗੁਰ ਦਰਸ਼ਨ ਧੰਨ ਹੈ, ਧੰਨ ਧੰਨ ਗੁਰਸਿੱਖ ਪਰਸਨ ਆਇਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਧੰਨ ਨੇ, ਉਹ ਸਿੱਖ ਵੀ ਧੰਨਤਾ ਦੇ ਯੋਗ ਨੇ ਜਿਹੜੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਜੀ। ਆਪ ਜੀ ਮਹਾਰਾਜ ਜੀ ਦੀ ਪਵਿੱਤਰ ਹਾਜ਼ਰੀ ਦੇ ਅੰਦਰ ਸੱਜ ਕੇ ਬੈਠੇ ਹੋ, ਗੁਰਬਾਣੀ ਦੇ ਰਸ ਭਿੰਨੇ ਕੀਰਤਨ ਭਾਈ ਸਾਹਿਬ ਜੀ ਨੇ ਆਪ ਜੀ ਨੂੰ ਸੁਣਾਏ, ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸਨ। ਤੇ ਹਰ ਜਨ ਹਰ ਮੇਲੋ ਹਮ ਪਿਆਰੇ, ਜਿਨ ਮਿਲਿਆ ਦੁੱਖ ਜਾਏ ਹਮਾਰੇ। ਅੱਜ ਕੇ ਆਖੋ ਵਾਹਿਗੁਰੂ। ਤੇ ਹਰ ਜਨ ਹਰ ਮੇਲੋ ਹਮ ਪਿਆਰੇ, ਜਿਨ ਮਿਲਿਆ ਦੁੱਖ ਜਾਏ ਹਮਾਰੇ। ਤੇ ਦਾ ਅਰਥ ਹੈ ਉਹ। ਹਾਂਜੀ, ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ, ਵਾਹਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਦਾ ਸ਼ਬਦ ਹੈ ਜੀ ਇਹ ਜੀ। ਸਭ ਸੰਗਤਾਂ ਪ੍ਰੇਮ ਨਾਲ ਦੋਵੇਂ ਹੱਥ ਜੋੜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਅਰਦਾਸ ਕਰਨ ਦਾ ਤਰੀਕਾ ਦੱਸ ਰਹੇ ਜੀ। ਹੇ ਵਾਹਿਗੁਰੂ ਜੀ, ਮੈਨੂੰ ਆਪਣੇ ਉਹ ਸੇਵਕ ਮਿਲਾਓ। ਜਨ ਦਾ ਆਖਰੀ ਅਰਥ ਹੁੰਦਾ ਜੀ ਸੇਵਕ ਜੀ। ਹਾਂਜੀ, ਹਰ ਜਨ ਰੱਬ ਦੇ ਸੇਵਕ, ਤੇ ਭਾਵ ਉਹ। ਤੇ ਹਰ ਜਨ ਹਰ ਮੇਲੋ ਹਮ ਪਿਆਰੇ, ਜਿਨ ਮਿਲਿਆ ਦੁੱਖ ਜਾਏ ਹਮਾਰੇ। ਉਹ ਸੇਵਕ ਮਿਲਾਓ ਜਿਨ੍ਹਾਂ ਨੂੰ ਮਿਲ ਕੇ ਸਾਡੀ ਜ਼ਿੰਦਗੀ ਦੇ ਦੁੱਖ ਦੂਰ ਹੋ ਜਾਣ ਜੀ। ਗੁਰੂ ਕੇ ਸਿੱਖਾਂ ਦਾ ਬਹੁਤ ਬਹੁਤ ਮਹਾਨ ਜੀਵਨ ਜੀ। ਤੁਸੀਂ ਗੁਰਬਾਣੀ ਦੇ ਵਾਹਿਗੁਰੂ ਇਤਿਹਾਸ ਦੀ ਕਥਾ ਸੁਣਦੇ ਹੋ, ਬੜੇ ਬੜੇ ਮਹਾਨ ਗੁਰਸਿੱਖਾਂ ਦਾ ਜੀਵਨ ਤੁਸਾਂ ਨੇ ਸੁਣਿਆ ਜੀ। ਮਹਾਰਾਜ ਗੁਰੂ ਰਾਮਦਾਸ ਸਾਹਿਬ ਇਸ ਸ਼ਬਦ ਵਿੱਚ ਕਿਰਪਾ ਕਰਦੇ, ਮਾਤਾ ਪ੍ਰੀਤ ਕਰੇ ਪੁੱਤ ਖਾਏ। ਮਾਂ ਹੈ ਨਾ ਜੀ, ਜਿਹੜੀ ਮਾਂ ਦਾ ਪਿਆਰ ਇਹ ਹੁੰਦਾ ਵੀ ਮੇਰਾ ਪੁੱਤ ਹੋਵੇ, ਧੀ ਹੋਵੇ, ਉਹ ਰੱਜਵਾਂ ਛਕੇ ਜੀ। ਉਹਨੂੰ ਖਵਾਉਣ ਵਿੱਚ ਮਾਂ ਦਾ ਪਿਆਰ ਹੁੰਦਾ ਜੀ। ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਾਏ। ਮੱਛੀ ਦੀ ਜਿਹੜੀ ਪ੍ਰੀਤ ਹੈ ਉਹ ਪਾਣੀ ਤੱਕ ਸੀਮਤ ਹੈਗੀ ਜੀ। ਬਸ ਉਹ ਪਾਣੀ ਵਿੱਚ ਰਹਿ ਕੇ ਉਹਦਾ ਜੀਵਨ ਹੈ, ਬਾਹਰ ਨਿਕਲੇਗੀ ਤੇ ਮੱਛੀ ਦੀ ਮੌਤ ਹੈ ਜੀ। ਇਹ ਪ੍ਰੀਤਾਂ ਬੜੀਆਂ ਸ਼ਿਖਰ ਦੀਆਂ ਜੀ, ਇਹਨਾਂ ਵਿੱਚ ਵਾਧਾ ਘਾਟਾ ਨਹੀਂ ਹੋ ਸਕਦਾ ਜੀ। ਮੱਛੀ ਦਾ ਜਿਹੜਾ ਪਾਣੀ ਨਾਲ ਪਿਆਰ ਦਾ ਜ਼ਿਕਰ ਗੁਰੂ ਜੀ ਕਰਨ ਦੇ, ਇਸ ਪਿਆਰ ਵਿੱਚ ਵਾਧਾ ਘਾਟਾ ਨਹੀਂ ਹੋ ਸਕਦਾ ਜੀ। ਕਹਿਣ ਦਾ ਭਾਵ ਇਹ ਹੈ, ਇਹਦੇ ਵਿੱਚ ਇਹ ਨਹੀਂ ਕਹਿ ਸਕਦਾ ਵੀ ਮੱਛੀ ਦਾ ਪਾਣੀ ਬਗੈਰ ਸਰ ਜਾਏਗਾ ਜੀ, ਨਹੀਂ ਸਰਨਾ ਜੀ ਉਹਦਾ। ਮਾਂ ਦਾ ਸੰਤਾਨ ਬਗੈਰ ਨਹੀਂ ਸਰੇਗਾ ਜੀ, ਔਖਾ ਔਖੀ ਹੋ ਜਾਂਦੀ ਮਾਤਾ। ਜਿਹੜੀ ਮਾਂ ਜੀ ਉਹਦੀ ਗੱਲ ਹੈ ਜੀ। ਮਾਤਾ ਪ੍ਰੀਤ ਕਰੇ ਪੁੱਤ ਖਾਏ, ਨਹੀਂ ਸਰੇਗਾ ਜੀ। ਮੀਨੇ ਪ੍ਰੀਤ ਭਈ ਜਲ ਨਹਾਏ, ਮੱਛੀ ਦਾ ਪਾਣੀ ਤੋਂ ਬਗੈਰ ਕਿਸੇ ਹਾਲਤ ਵਿੱਚ ਵੀ ਸਰ ਨਹੀਂ ਸਕਦਾ। ਪਾਣੀ ਤੋਂ ਬਗੈਰ ਮੱਛਲੀ ਦੀ ਮੌਤ ਹੈਗੀ ਹੈ ਜੀ, ਇਹ ਗੱਲ ਤੇ ਪੱਕੀ ਹੈ ਜੀ। ਕੋਈ ਗ੍ਰੰਥ ਪੜ੍ਹਨ ਦੀ ਲੋੜ ਨਹੀਂ ਹੈਗੀ, ਸਾਨੂੰ ਸਾਰਿਆਂ ਨੂੰ ਇਹ ਗੱਲ ਪਤਾ ਜੀ। ਵੱਡੀਆਂ ਵੱਡੀਆਂ ਕਿਤਾਬਾਂ ਪੜ੍ਹਨ ਦੀ ਲੋੜ ਨਹੀਂ, ਇਹ ਗੱਲ ਪਤਾ ਹੀ ਹੈ ਜੀ ਤਕਰੀਬਨ ਸਭ ਨੂੰ। ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਪਾਣੀ ਦਾ ਵਾਹਿਗੁਰੂ ਮੱਛੀ ਦਾ ਪਾਣੀ ਤੋਂ ਬਗੈਰ ਨਹੀਂ ਸਰ ਸਕਦਾ। ਅਗਲੀ ਜਿਹੜੀ ਪ੍ਰੀਤ ਗੁਰੂ ਸਾਹਿਬ ਨੇ ਲਿਖੀ, ਸਤਿਗੁਰ ਪ੍ਰੀਤ ਗੁਰਸਿੱਖ ਮੁੱਖ ਪਾਏ। ਅੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਆਪਣੇ ਸਿੱਖ ਨੂੰ ਖੁਸ਼ ਕਰਕੇ ਖੁਸ਼ ਹੁੰਦੇ ਨੇ ਕਹਿਣ ਲੱਗੇ। ਹੁਣ ਵੇਖ ਲਓ, ਸਿੱਖ ਵੀ ਹੋਵੇ ਬੰਦਾ ਤੇ ਦੁਖੀ ਵੀ ਹੋਏ ਜੀ, ਫਿਰ ਗੱਲ ਨਹੀਂ ਬਣੇਗੀ ਜੀ। ਸਤਿਗੁਰ ਪ੍ਰੀਤ ਗੁਰਸਿੱਖ ਮੁੱਖ ਪਾਏ। ਗੁਰੂ ਸਾਹਿਬ ਦੀ ਪ੍ਰੀਤ ਇਹ ਹੈ ਵੀ ਗੁਰੂ ਕੇ ਸਿੱਖ ਦੇ ਮੁੱਖ ਵਿੱਚ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ, ਜੋ ਸ੍ਰੇਸ਼ਟ ਨਾਮ ਹੈ, ਉਹ ਪਾ ਦੇਣਾ ਜੀ। ਸੋ ਆਪ ਜੀ ਇਹ ਸ਼ਬਦ ਸਰਵਣ ਕਰ ਰਹੇ ਸੀ, ਜਿਉ ਮਿਲ ਬਛਰੇ ਗਊ ਪ੍ਰੀਤ ਲਗਾਵੈ।
ਗਾਂ ਦੀ ਤੇ ਵੱਛੇ ਦਾ ਪਿਆਰ ਮਹਾਰਾਜ ਨੇ ਗੁਰੂ ਰਾਮਦਾਸ ਜੀ ਲਿਖ ਰਹੇ ਜੀ। ਕਾਮਨ ਪ੍ਰੀਤ ਜਾਂ ਪਿਰ ਘਰ ਆਵੇ, ਪਤਨੀ ਦੀ ਪ੍ਰੀਤ ਉਹਦੇ ਪਤੀ ਨਾਲ ਹੈ। ਹਰ ਜਨ ਪ੍ਰੀਤ ਜਾਂ ਹਰ ਜਸ ਗਾਵੇ, ਰੱਬ ਦੇ ਪਿਆਰੇ ਦੀ ਪ੍ਰੀਤ ਵਾਹਿਗੁਰੂ ਜੀ ਦਾ ਜਸ ਗਾਉਣ ਵਿੱਚ ਹੈ ਜੀ। ਉਹ ਜਸ ਗਾਉਣ ਤੋਂ ਬਗੈਰ ਨਹੀਂ ਚ ਰਹਿ ਸਕਦਾ ਜੀ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਸਾਰੰਗ ਪ੍ਰੀਤ ਬਸੈ ਜਲ ਧਾਰਾ। ਸਾਰੰਗ ਪਪੀਹਾ ਚਾਤਰਕ ਇਹਦੀ ਪ੍ਰੀਤ ਹੈ, ਪਿਆਰ ਹੈ, ਇਹਦੀ ਖਾਹਿਸ਼ ਹੈ ਵੀ ਬੱਦਲ ਵਰਸਣ ਜੀ, ਫਿਰ ਇਹਨੂੰ ਕੋਈ ਨਾ ਕੋਈ ਬੂੰਦ ਪ੍ਰਾਪਤ ਹੋਏਗੀ ਸਵੰਤੀ ਜੀ। ਨਰਪਤ ਪ੍ਰੀਤ ਮਾਇਆ ਦੇਖ ਪਸਾਰਾ। ਜਿਹੜੇ ਰਾਜੇ ਨਾ ਜੀ, ਜਿੰਨੇ ਹੀ ਪੈਸੇ ਵਧੀ ਜਾਣ ਉਹਨਾਂ ਹੀ ਇਹਨਾਂ ਨੂੰ ਖੁਸ਼ੀ ਆਨੰਦ ਮਿਲੀ ਜਾਂਦਾ ਜੀ। ਨਰਪਤ ਦੀ ਜਿਹੜੀ ਪ੍ਰੀਤ ਹੈ, ਰਾਜੇ ਦੀ ਜਿਹੜੀ ਪ੍ਰੀਤ ਹੈ, ਉਹ ਆਪਣਾ ਰਾਜ ਭਾਗ ਦਾ ਪਸਾਰਾ ਵੇਖ ਕੇ ਖੁਸ਼ ਹੁੰਦਾ ਜੀ। ਭੇ ਮਹਾਰਾਜ ਕਹਿੰਦੇ ਹਰ ਜਨ ਪ੍ਰੀਤ ਜਪੈ ਨਿਰੰਕਾਰਾ। ਗੱਜ ਕੇ ਆਖੋ ਵਾਹਿਗੁਰੂ। ਭਾਵ ਸੰਸਾਰੀ ਦੀ ਜਿਹੜੀ ਪ੍ਰੀਤ ਹੈ, ਉਹ ਸੰਸਾਰ ਦੀਆਂ ਚੀਜ਼ਾਂ ਨਾਲ ਹੈ ਜੀ। ਨਾਮ ਜਪਣ ਵਾਲੇ ਦੀ ਇੱਕੋ ਪ੍ਰੀਤ ਹੈ ਵੀ ਵਾਹਿਗੁਰੂ ਚੇਤੇ ਆ ਜੇ ਜੀ, ਵਾਹਿਗੁਰੂ ਜੀ ਦਾ ਨਾਮ ਜਪਿਆ ਜਾਏ ਜੀ। ਸੱਚੇ ਪਾਤਸ਼ਾਹ ਮਹਾਰਾਜ ਅੱਗੇ ਕਿਰਪਾ ਕਰਦੇ, ਮਹਾਰਾਜ ਕਹਿਣ ਲੱਗੇ ਨਰ ਪ੍ਰਾਣੀ ਪ੍ਰੀਤ ਮਾਇਆ ਧਨ ਖਾਟੇ। ਇਹਦੇ ਵਿੱਚ ਬਹੁਤ ਸਾਰੇ ਮਨੁੱਖ ਆ ਜਾਂਦੇ ਜੀ। ਨਰ ਪ੍ਰਾਣੀ ਪ੍ਰੀਤ ਮਾਇਆ ਧਨ ਖਾਟੇ, ਆਮ ਜਿੰਨੇ ਮਨੁੱਖ ਨੇ ਪੈਸੇ ਇਕੱਠੇ ਕਰਨ ਵਿੱਚ ਉਹਨਾਂ ਦਾ ਪ੍ਰੀਤ ਹੈ ਜੀ। ਜਿਸ ਕੰਮ ਵਿੱਚ ਬੰਦੇ ਦੀ ਪ੍ਰੀਤ ਹੋਵੇ ਨਾ ਜੀ, ਉਹਨੂੰ ਫਿਰ ਕਥਾ ਨਹੀਂ ਸੁਣਾਉਣੀ ਪੈਂਦੀ ਜੀ। ਬੰਦੇ ਨੂੰ ਕਥਾ ਥੋੜ੍ਹੀ ਸੁਣਾਉਣੀ ਪੈਂਦੀ ਵੀ ਕਿਵੇਂ ਕਿਵੇਂ ਪੈਸੇ ਕਮਾਈ ਦੇ ਜੀ, ਬਸ ਆਪੇ ਹੀ ਆ ਜਾਂਦੇ ਜੀ ਉਹਨੂੰ ਜੀ। ਮਹਾਰਾਜ ਕਹਿੰਦੇ ਉਹਦੀ ਪ੍ਰੀਤ ਹੈ, ਉਹਦਾ ਧਿਆਨ ਹੈ ਉਸ ਪਾਸੇ ਜੀ। ਨਰ ਪ੍ਰਾਣੀ ਪ੍ਰੀਤ ਮਾਇਆ ਧਨ ਖਾਟੇ, ਗੁਰਸਿੱਖ ਪ੍ਰੀਤ ਗੁਰ ਮਿਲੇ ਗਲਾਟੇ। ਗੁਰਸਿੱਖ ਦੀ ਇਹ ਪ੍ਰੀਤੀ ਹੈ ਇਸ ਜ਼ਿੰਦਗੀ ਦੇ ਵਿੱਚ, ਕਿਤੇ ਨਾ ਕਿਤੇ ਸਤਿਗੁਰੂ ਦੇ ਗਲੇ ਲੱਗਣ ਦਾ ਮੌਕਾ ਮਿਲ ਜੇ ਜੀ, ਭਾਵ ਸਤਿਗੁਰੂ ਦਾ ਪਿਆਰ ਮਿਲ ਜੇ। ਗੁਰੂ ਰਾਮਦਾਸ ਜੀ ਆਪਣੀ ਪ੍ਰੀਤ ਦੱਸਣ ਲੱਗੇ, ਹੁਣ ਸਾਵਧਾਨ ਹੋਵੋ। ਗੁਰੂ ਰਾਮਦਾਸ ਜੀ ਦੀ ਪ੍ਰੀਤ ਸੁਣ ਕੇ ਬੰਦੇ ਦਾ ਮਨ ਖੁਸ਼ ਹੋ ਜਾਂਦਾ ਜੀ। ਗੱਜ ਕੇ ਆਖੋ ਧੰਨ ਗੁਰੂ ਰਾਮਦਾਸ ਸਾਹਿਬ ਜੀ, ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਇਹ ਪੰਕਤੀ ਨਿਮਰਤਾ ਦਾ ਸ਼ਿਖਰ ਹੀ ਹੋਏਗੀ ਜੀ। ਜਨ ਨਾਨਕ ਪ੍ਰੀਤ ਸਾਧ ਪੱਗ ਚਾਟੇ। ਚਾਟੇ ਦਾ ਕੀ ਅਰਥ ਹੁੰਦਾ ਜੀ? ਚੱਟਣਾ ਜੀ। ਬਾਬਾ ਫਰੀਦ ਸਾਹਿਬ ਤੇ ਬਾਣੀ ਵਿੱਚ ਕਹਿੰਦੇ ਨਾ ਜੀ ਵੀ ਜਿੰਨੀ ਪਛਾਤਾ ਸੱਚ ਚੁੰਮਾ ਪੈਰ ਮੂੰਹ। ਹੇ ਵਾਹਿਗੁਰੂ, ਜਿੰਨਾ ਨਾਮ ਜਪਿਆ ਮੈਂ ਉਹਨਾਂ ਦੇ ਕਦਮ ਬੋਸੀ ਕਰਾਂ ਜੀ। ਹਾਂਜੀ, ਪਰ ਧੰਨ ਗੁਰੂ ਰਾਮਦਾਸ ਸਾਹਿਬ ਨਿਮਰਤਾ ਦੇ ਸ਼ਿਖਰ ਵਿੱਚ ਹੀ ਆਏ ਹੋਣਗੇ ਜੀ। ਕਹਿਣ ਲੱਗੇ ਮੇਰੀ ਇਹ ਪ੍ਰੀਤੀ ਹੈ, ਨਾਮ ਜਪਣ ਵਾਲਿਆਂ ਦੇ ਚਰਨ ਤੱਕ ਚੱਟ ਜਾਵਾਂ ਕਹਿਣ ਲੱਗੇ ਮੈਂ, ਇੰਨੀ ਨਿਮਰਤਾ ਜੀ। ਹਾਂਜੀ, ਸੋ ਆਪ ਜੀ ਬੜੇ ਪਿਆਰ ਨਾਲ ਗੁਰਬਾਣੀ ਜੀ ਦਾ ਰਸ ਪਿੰਨਾ ਕੀਰਤਨ ਸਰਵਣ ਕਰ ਰਹੇ ਸੀਗੇ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਦਇਆ ਕਰਨ, ਨਾਮ ਜਪਣ ਵਾਲੀ ਪ੍ਰੀਤ ਜਿਹੜੀ ਉਹ ਲੱਗੇ ਸੀ ਸਾਨੂੰ। ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰੀਏ, ਵੱਧ ਤੋਂ ਵੱਧ ਭਜਨ ਹੋਵੇ, ਵੱਧ ਤੋਂ ਵੱਧ ਕਥਾ ਸੁਣੀ ਜਾਏ, ਵੱਧ ਤੋਂ ਵੱਧ ਕੀਰਤਨ ਸੁਣਿਆ ਜਾਏ, ਤਾਂ ਕਿ ਕਿਤੇ ਨਾ ਕਿਤੇ ਅੰਦਰ ਬੈਠੀ ਰੂਹ ਦਾ ਭਲਾ ਹੋਵੇ ਜੀ, ਅੰਦਰ ਬੈਠੀ ਰੂਹ ਦਾ ਭਲਾ ਹੋਵੇ ਜੀ। ਹੁਣ ਆਓ ਸਾਰੀ ਸੰਗਤ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਆਪ ਸਭ ਸੰਗਤ ਬੜੇ ਪ੍ਰੇਮ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਜਿਹੜੀ ਕੱਲ੍ਹ ਵਾਲੀ ਕਥਾ ਸੀਗੀ ਜੀ, ਉਹਦਾ ਅਸਰ ਬੜਾ ਹੋਇਆ ਜੀ। ਹਾਂਜੀ, ਇਹ ਦੋ ਤਿੰਨ ਬੰਦਿਆਂ ਉੱਤੇ ਮੈਂ ਵੇਖਿਆ ਜੀ ਕੱਲ੍ਹ ਵਾਲੀ ਕਥਾ ਦਾ ਜੀ। ਭਾਵ ਉਹ ਗੁਰਸਿੱਖਾਂ ਦਾ ਜੀਵਨ ਹੀ ਇੰਨਾ ਮਹਾਨ ਹੈ। ਜਦੋਂ ਮੈਂ ਉਹਨਾਂ ਦੋ ਤਿੰਨ ਮਨੁੱਖਾਂ 'ਤੇ ਉਸ ਕਥਾ ਦਾ ਅਸਰ ਵੇਖਿਆ ਅਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਚੇਤਾ ਆਇਆ, ਚਾਚਾ ਫੱਗੋ ਜਿਹੜਾ ਤੁਹਾਡੀ ਕਥਾ ਕਰਿਆ ਸੁਣਿਆ ਕਰੇਗਾ ਉਹਨੂੰ ਸਿੱਖੀ ਪ੍ਰਾਪਤ ਹੋਏਗੀ ਕਹਿਣ ਲੱਗੇ। ਉਹ ਮਹਾਰਾਜ ਦਾ ਬਚਨ ਚੇਤਾ ਆਇਆ ਜੀ ਮੈਨੂੰ ਬਾਅਦ ਵਿੱਚ, ਵੀ ਇਹ ਗੁਰੂ ਸਾਹਿਬ ਦਾ ਬਚਨ ਹੀ ਹੈ ਜੀ, ਸੱਚੇ ਪਾਤਸ਼ਾਹ ਦਾ ਬਚਨ ਵਾਕਈ ਅਟਲ ਹੈ ਜੀ।
महाराज ने कहा जिहड़ा तुहाडा बचन सुनेगा तुहाडा प्रसंग सुनेगा काम क्रोध उहदा घट जाएगा। कहन लगे जी महाराज सच्चे पातशाह श्री गुरु तेग बहादुर साहब ससराम पिंड विच चाचा फगो जी दे घर विच रुके सन। चाचा फगो जी जो कि बजुर्ग ने बड़ा सारा जीवन उन्हें गुरु घर वास्ते लाया जी। बहुत घट शख्सियत ऐसियां हन जिन्होंने लगभग सारा जीवन सहत निष्कामताई दे इस पासे लाया हो जी, नहीं तो कोई ना कोई ना दस्या। महाराज एक दिन मैं दसवंध इकट्ठा करने वास्ते संगतां दे घरां विच जा रहा सां जी। जदों एक गरीब सिख दे घर पहुंचिया ओ सिख मैनू आप ते घर नहीं सी है, ओदी घर वाली बीबी घर विच सी, ओदी इस्त्री झाड़ू फेर रही सी। मैं जदों उहनूं इह गल आखी भी कुछ दिओ दसवंध दिओ ओह मैनू बुरा बोली जी। मैं फिर खलोता रहा भी कोई ना कोई दसवंध दे दिओ, ਉਹ ਫਿਰ ਬੁਰਾ ਬੋਲੀ। ਤੀਜੀ ਵਾਰੀ ਜਦੋਂ ਆਖਿਆ ਉਹਨੂੰ ਗੁੱਸਾ ਚੜ ਗਿਆ, ਉਹਨੇ ਫਿਰ ਝਾੜੂ ਉਹਦੇ ਹੱਥ ਵਿੱਚ ਸੀ ਕੂੜਾ ਇਕੱਠਾ ਕਰ ਰਹੀ ਸੀ, ਉਹਨੇ ਕੂੜਾ ਇਕੱਠਾ ਕੀਤਾ ਮੈਨੂੰ ਆਖਿਆ ਲੈ ਸਾਧਾ ਜੇ ਤੂੰ ਨਹੀਂ ਖਾਲੀ ਹੱਥ ਜਾਣਾ ਤਾਂ ਆਪਣਾ ਪੱਲਾ ਅੱਗੇ ਕਰ। ਮੈਂ ਆਪਣਾ ਪੱਲਾ ਅੱਗੇ ਕੀਤਾ ਗੁਰੂ ਸਾਹਿਬ, ਉਹਨੇ ਮੇਰੇ ਪੱਲੇ ਵਿੱਚ ਕੂੜਾ ਪਾ ਦਿੱਤਾ ਜੀ। ਕਹਿਣ ਲੱਗੀ ਸਾਡੇ ਵੱਲੋਂ ਇਹੋ ਦਸਵੰਧ ਹੈ ਮਹਾਰਾਜ। ਉਹ ਕੂੜਾ ਘਰ ਲਿਆ ਕੇ ਛਾਣਿਆ ਤੇ ਸੱਚੇ ਪਾਤਸ਼ਾਹ ਉਹਦੇ ਵਿੱਚੋਂ ਬੇਰ ਦੀ ਗਿਟਕ ਮਿਲੀ ਜੀ ਇੱਕ ਜੀ, ਉਹ ਮੈਂ ਜ਼ਮੀਨ ਵਿੱਚ ਗੱਡ ਦਿੱਤੀ। ਸਮਾਂ ਹੋਇਆ ਉਹਦਾ ਰੁੱਖ ਬਣ ਗਿਆ, ਉਹ ਰੁੱਖ ਮਹਾਰਾਜ ਉਹਦਾ ਹੀ ਆ ਜਿਹੜੀ ਬੇਰੀ ਲੱਗੀ ਹੈ। ਮਹਾਰਾਜ ਕਹਿੰਦੇ ਚਾਚਾ ਫੱਗੋ ਇਹੋ ਹੀ ਰਹਿ ਗਿਆ ਸੀਗਾ ਜੀ। ਮਹਾਰਾਜ ਉਹ ਵਾਕਈ ਗੱਲ ਤੁਹਾਡੀ ਠੀਕ ਹੈ, ਇਹ ਜਿਹੜੀ ਬੇਰੀ ਹੈ ਗੁਰੂ ਘਰ ਦੀ ਹੈਗੀ। ਕਹਿਣ ਲੱਗੇ ਇਹ ਗੁਰੂ ਘਰ ਦੀ ਹੈ ਤੇ ਸੱਚੇ ਪਾਤਸ਼ਾਹ ਹੁਣ ਹੁਕਮ ਕਰੋ। ਗੁਰੂ ਸਾਹਿਬ ਕਹਿਣ ਲੱਗੇ ਜੇ ਬੇਰੀ ਗੁਰੂ ਘਰ ਦੀ ਹੈ ਤੇ ਇਹਦੇ ਬੇਰ ਵੀ ਸੰਗਤ ਹੀ ਛਕੇਗੀ। ਕਹਿਣ ਲੱਗੇ ਬੇਰ ਤੋੜ ਕੇ ਲੈ ਕੇ ਆਓ। ਬੇਰ ਤੋੜ ਕੇ ਲਿਆਂਦੇ, ਗੁਰੂ ਕੀ ਸੰਗਤ ਨੇ ਬੇਰ ਛਕੇ, ਗੁਰੂ ਸਾਹਿਬ ਨੇ ਬੇਰ ਛਕੇ ਜੀ। ਜਿਹੜੇ ਬਚਨ ਗੁਰੂ ਸਾਹਿਬ ਨੇ ਆਖੇ ਉਹ ਬਚਨ ਜੇ ਬੰਦਾ ਰੋਜ਼ ਵੀ ਸੁਣੀ ਜਾਏਗਾ ਤੇ ਉਹਦਾ ਭਲਾ ਹੋਏਗਾ ਜੀ। ਸਾਰੀ ਸੰਗਤ ਵਿੱਚ ਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਸੰਗਤ ਜੀ ਗੁਰਮੁਖ ਪਰ ਸਵਾਰਥ ਕੋ ਕਰਤਾ। ਗੁਰਮੁਖ ਉਹ ਹੈ ਜੋ ਪਰ ਸਵਾਰਥ ਕਰੇ, ਉਹ ਕੰਮ ਕਰੇ ਜਿਹਦੇ ਵਿੱਚ ਆਪ ਤੇ ਉਹਨੂੰ ਲੋੜ ਨਹੀਂ ਹੈਗੀ ਜੀ, ਪਰ ਦੂਜਿਆਂ ਦੇ ਭਲੇ ਵਾਸਤੇ ਕਰੇ ਜੀ। ਤੇ ਕੱਲ ਵੀ ਬੇਨਤੀ ਕੀਤੀ ਸੀ ਚਾਚਾ ਫੱਗੋ ਜੀ ਨੂੰ ਕੀ ਲੋੜ ਸੀਗੀ ਜੀ, ਕੂੜਾ ਛਾਨਣ ਦੀ, ਬੇਰ ਕਰਨ ਦੀ, ਫਿਰ ਉਹਨੂੰ ਪਾਣੀ ਵੀ ਦਿੱਤਾ ਹੋਏਗਾ, ਕਈ ਕੁਛ ਕੀਤਾ ਹੋਏਗਾ। ਉਸ ਸਿੱਖ ਦੇ ਘਰੋਂ ਜਿਹੜਾ ਕੂੜਾ ਵੀ ਆਇਆ ਨਾ, ਉਹਦੇ ਵਿੱਚੋਂ ਵੀ ਗੁਰੂ ਘਰ ਵਿੱਚ ਕੋਈ ਨਾ ਕੋਈ ਵਸਤੂ ਪੈ ਜੇ ਤੇ ਉਸ ਸਿੱਖ ਦਾ ਘਰ ਬੈਠੇ ਦਾ ਹੀ ਭਲਾ ਹੋ ਜੇ ਜੀ, ਘਰ ਬੈਠੇ ਦਾ ਹੀ ਭਲਾ ਹੋ ਜੇ। ਕਿਉਂ ਤੁਸੀਂ ਸੁਣੀ ਨਾ ਜੀ ਗੁਰੂ ਹਰਿ ਰਾਏ ਸਾਹਿਬ ਨੇ ਚਿੜੀ ਤੇ ਚਿੜੇ ਦੀ ਸਾਖੀ ਸੁਣਾਈ ਸੀ ਇੱਕ ਦੀ। ਹਾਂਜੀ ਉਹ ਚਿੜੀ ਤੇ ਚਿੜਾ ਉਹ ਇੱਕ ਦਾਣਾ ਲੈ ਜਾਂਦਾ ਹੁੰਦਾ ਸੀ ਸਿੱਖ ਦੇ ਘਰੋਂ ਚੁੱਕ ਕੇ ਤੇ ਲੰਗਰ 'ਚ ਪਾ ਦਿੰਦਾ ਹੁੰਦਾ ਸੀ, ਪਾ ਦਿੰਦੇ ਸੀ ਦੋਵੇਂ ਜੀ ਚਿੜੀ ਤੇ ਚਿੜਾ। ਇੱਕ ਦਾਣੇ ਦੀ ਬਰਕਤ ਨਾਲ ਉਹਨਾਂ ਦੇ ਘਰ ਵਿੱਚ ਅਮੀਰੀ ਆ ਗਈ ਸੀਗੀ ਜੀ। ਇਹ ਸਾਖੀ ਤੋਂ ਹੋਰ ਬੜੀਆਂ ਸਿੱਖਿਆਵਾਂ ਮਿਲਦੀਆਂ। ਇੱਕ ਤੇ ਹੈ ਦਸਵੰਧ ਦੀ ਹੋਏ ਮਾਇਆ ਤੇ ਗੁਰੂ ਸਾਹਿਬ ਨੂੰ ਕੌਡੀ ਕੌਡੀ ਦਾ ਪਤਾ ਹੁੰਦਾ ਜੀ। ਕੌਡੀ ਤੇ ਫਿਰ ਵੱਡੀ ਗੱਲ ਹੈ, ਕੂੜਾ ਵੀ ਮਿਲਿਆ ਤੇ ਗੁਰੂ ਸਾਹਿਬ ਨੂੰ ਪਤਾ ਵੀ ਦਸਵੰਧ ਵਿੱਚ ਉਹਨਾਂ ਕੂੜਾ ਦਿੱਤਾ ਸੀਗਾ ਜੀ। ਹਾਂਜੀ ਦਸਵੰਧ ਦੀ ਮਾਇਆ ਨੂੰ ਵਰਤਣ ਲੱਗਿਆਂ ਬੜਾ ਧਿਆਨ ਰੱਖਣਾ ਜੀ। ਦੂਜੀ ਗੱਲ ਇਹ ਚਾਚਾ ਫੱਗੋ ਦੀ ਘਰ ਘਰ ਵਿੱਚ ਜਾ ਕੇ ਦਸਵੰਧ ਮੰਗਣ ਦੇ ਜੀ, ਇਹਦਾ ਮਤਲਬ ਇਹ ਹੈ ਵੀ ਦਸਵੰਧ ਦਾ ਬੜਾ ਵੱਡਾ ਮਹੱਤਵ ਹੈਗਾ ਜੀ। ਮੈਨੂੰ ਗੁਰਮੁਖ ਕਲ ਮਹਾਂਪੁਰਖਾਂ ਦਾ ਬਚਨ ਸੁਣਾਉਂਦੇ ਸੀ, ਉਹ ਕਹਿੰਦੇ ਜੇ ਸਾਰਾ ਸਿੱਖ ਜਗਤ ਇਕੱਲਾ ਸਿੱਖ ਜਗਤ ਇਮਾਨਦਾਰੀ ਦੇ ਨਾਲ ਆਪਣੀ ਕਮਾਈ ਦਾ ਦਸਵਾਂ ਹਿੱਸਾ ਕੱਢਣ ਲੱਗ ਪਏ ਨਾ ਜੀ ਇਮਾਨਦਾਰੀ ਦੇ ਨਾਲ, ਤੇ ਕੋਈ ਭੁੱਖਾ ਨੰਗਾ ਨਹੀਂ ਰਹੇਗਾ ਜੀ ਦੁਨੀਆਂ 'ਤੇ ਜੀ। ਗੁਰੂ ਕੇ ਸਿੱਖਾਂ ਦਾ ਹੀ ਦਸਵੰਧ ਇੰਨਾ ਹੈਗਾ ਜੀ, ਗੁਰੂ ਕੇ ਸਿੱਖਾਂ ਦਾ ਜੀ। ਹਾਂਜੀ ਦਸਵੰਧ ਜਿਹੜਾ ਹੈ
ਉਹ ਹਰ ਇੱਕ ਸਿੱਖ ਦਾ ਕੱਢਣਾ ਫਰਜ਼ ਹੈਗਾ ਜੀ। ਪਰ ਹੁਣ ਕਰੀਏ ਕਿ ਜਿਹੜੀ ਵਿਚਾਰੇ ਦੀ 4-5 ਹਜ਼ਾਰ ਤਨਖਾਹ ਉਹ ਤਾਂ ਕੱਢ ਸਕਦਾ ਜੀ, ਅਤੇ ਜਿਹੜੀ ਤਨਖਾਹ ਹੀ 1 ਲੱਖ ਰੁਪਈਆ ਜੀ, ਅਤੇ 10 ਹਜ਼ਾਰ ਬਣਨਾ ਦਸਵੰਧ ਅਤੇ ਦਿਲ ਨੂੰ ਕੁਛ ਕੁਛ ਹੋਣਾ ਜੀ। 10 ਹਜ਼ਾਰ ਰੁਪਈਆ ਮਹੀਨਾ ਕਿਸੇ ਨੂੰ ਦੇਣ ਦਾ ਜੀ ਥੋੜ੍ਹੀ ਕਰਦਾ ਬੰਦੇ ਦਾ ਜੀ। ਹਾਂਜੀ, ਜਿਹਦੀ ਹੋਵੇ 1 ਲੱਖ ਰੁਪਈਆ ਤਨਖਾਹ, ਉਹਨੇ ਕਿੱਥੋਂ 10 ਹਜ਼ਾਰ ਰੁਪਈਆ ਦਸਵੰਧ ਕੱਢਣਾ ਜੀ। ਪਰ ਜੇ ਉਹ ਕੱਢੇਗਾ ਤਾਂ ਸੁਖੀ ਰਹੇਗਾ ਜੀ। ਤੁਸੀਂ ਵੇਖ ਲਿਓ, ਕਈ ਵਾਰੀ ਦਸਵੰਧ ਕੱਢਣ ਵਾਲੇ ਬੰਦੇ ਥੋੜ੍ਹੀਆਂ ਥੋੜ੍ਹੀਆਂ ਉਹਨਾਂ ਦੀਆਂ ਤਨਖਾਹਾਂ ਹੁੰਦੀਆਂ ਜੀ, ਅਤੇ ਬੜੀ ਬਰਕਤ ਪਈ ਰਹਿੰਦੀ ਜੀ ਉਹਨਾਂ ਨੂੰ ਜੀ, ਅਤੇ ਦਸਵੰਧ ਨਹੀਂ ਕੱਢਦੇ ਜੀ 1 ਲੱਖ ਰੁਪਈਏ ਤਨਖਾਹ, ਅਤੇ ਫਿਰ ਕਹਿੰਦੇ ਸਰਦਾ ਹੀ ਨਹੀਂ ਜੀ ਸਾਡਾ ਕੁਛ, ਸਾਡਾ ਬਣਦਾ ਹੀ ਕੁਛ ਨਹੀਂ ਜੀ। ਤੁਸੀਂ ਵੇਖ ਲਿਓ, ਬਹੁਤ ਸਾਰੇ ਬੰਦੇ ਤੁਸੀਂ ਵੇਖੇ ਹੋਣਗੇ ਜੀ, ਬੜੀਆਂ ਬੜੀਆਂ ਤਨਖਾਹਾਂ ਹੁੰਦੀਆਂ ਜੀ, ਫਿਰ ਵੀ ਆਖਣਗੇ ਵੀ ਸਾਡਾ ਸਰਦਾ ਨਹੀਂ ਜੀ। ਅਤੇ ਗਰੀਬ ਬੰਦਾ ਜੀ, ਤਨਖਾਹ ਥੋੜ੍ਹੀ, ਬਸ ਆਪਣੀ ਕਮਾਈ ਦਾ 1/10 ਹਿੱਸਾ ਗੁਰੂ ਜੀ ਦੇ ਨਾਮ 'ਤੇ ਕੱਢਦਾ ਜੀ, ਗੁਰੂ ਜੀ ਦੇ ਨਾਮ 'ਤੇ ਜੀ। ਹਾਂਜੀ, ਅਤੇ ਉਹ ਸਗੋਂ ਚੜ੍ਹਦੀ ਕਲਾ 'ਚ ਰਹਿੰਦੇ ਜੀ। ਪਿੱਛੇ ਜੇ ਇੱਕ ਮਾਤਾ ਜੀ ਆਏ ਇੰਗਲੈਂਡ ਤੋਂ, 70 ਸਾਲ ਦੀ ਉਹਨਾਂ ਦੀ ਉਮਰ ਜੀ, ਅਤੇ ਮੈਨੂੰ ਉਹਨਾਂ ਦੱਸਿਆ ਜੀ, ਮੈਂ ਮੇਰੀ ਆਦਤ ਹੈ ਪੁੱਛਣਾ, ਕੱਪੜੇ ਸਾਰਾ ਕੁਝ ਲੈ ਕੇ ਆਏ, ਅਤੇ ਮੈਨੂੰ ਹੁੰਦਾ ਵੀ ਤੁਹਾਡੀ ਕਮਾਈ ਕੀ ਹੈ ਜੀ, ਜਿੱਥੋਂ ਲੈ ਕੇ ਆਏ ਹੋ, ਪਤਾ ਕਰਨਾ ਚਾਹੀਦਾ ਜੀ। ਮਾਤਾ ਜੀ ਨੇ ਸਾਰੀ ਗੱਲ ਦੱਸੀ, ਕਹਿਣ ਲੱਗੇ ਵੀ ਪੁੱਤਰ, ਧੀਆਂ, ਨੌਂ ਸਾਰੇ ਮੇਰੇ ਨੌਕਰੀ ਕਰਦੇ। ਕਹਿਣ ਲੱਗੇ, ਅਤੇ ਮੈਂ ਕਿਹਾ ਜੀ ਤੁਸੀਂ ਕੀ ਕਰਦੇ ਹੋ? ਕਹਿਣ ਲੱਗੇ, ਉੱਤਾਂ ਤਾਂ ਮੈਨੂੰ ਕੰਮ ਕਰਨ ਦੀ ਲੋੜ ਨਹੀਂ ਹੈਗੀ, ਪਰ ਮੈਂ ਫਿਰ ਵੀ 3 ਮਹੀਨੇ ਵੱਖਰਾ ਕੰਮ ਕਰਦੀ ਹਾਂ। ਮੈਂ ਕਿਹਾ ਜੀ ਕਿਉਂ? ਕਹਿਣ ਲੱਗੇ ਜੀ, ਸ਼ਹੀਦ ਪਰਿਵਾਰਾਂ ਵਾਸਤੇ ਮਾਇਆ ਲੈ ਕੇ ਜਾਂਦੀ ਹਾਂ ਜੀ, ਸ਼ਹੀਦ ਪਰਿਵਾਰਾਂ ਵਾਸਤੇ ਮਾਇਆ ਆਪ ਕਮਾ ਕੇ ਭੇਜਦੀ ਹਾਂ। ਕਹਿਣ ਲੱਗੇ, ਹੁਣ ਇਹੋ ਜਿਹੇ ਗੁਰਸਿੱਖਾਂ 'ਤੇ ਗੁਰੂ ਸਾਹਿਬ ਦੀ ਆਪੇ ਕਿਰਪਾ ਹੋ ਜਾਣੀ ਜੀ, ਕੰਮ ਕਰਨ ਦੀ ਲੋੜ ਨਹੀਂ ਹੈ ਉਹਨਾਂ ਵਾਸਤੇ ਕੰਮ ਕਰਨ ਦੇ ਜੀ, ਸਿਰਫ ਉਹਨਾਂ ਵਾਸਤੇ ਜੀ। ਹਾਂਜੀ, ਦਸਵੰਧ ਇਮਾਨਦਾਰੀ ਨਾਲ ਬੰਦਾ ਕੱਢੇ, ਦਸਵੰਧ ਕੱਢਣ ਵਾਲੇ ਬੰਦੇ ਦੀ ਜੇਬ ਕਦੀ ਵੀ ਖਾਲੀ ਨਹੀਂ ਗੁਰੂ ਸਾਹਿਬ ਹੋਣ ਦੇਣਗੇ ਜੀ। ਮੈਂ ਗੁਰੂ ਸਾਹਿਬ ਸ਼ਬਦ ਵਰਤਨੇ ਹਾਂ ਜੀ, ਦਸਵੰਧ ਕੱਢਣ ਵਾਲੇ ਦੀ ਗੁਰੂ ਸਾਹਿਬ ਕਦੀ ਵੀ ਜੇਬ ਖਾਲੀ ਨਹੀਂ ਹੋਣ ਦੇਣਗੇ। ਦਸਵੰਧ ਵਿੱਚ ਬੜੀ ਤਾਕਤ ਹੈਗੀ ਹੈ ਜੀ, ਬਸ ਇਹ ਹੈ ਵੀ ਦਸਵੰਧ ਗੁਰੂ ਸਾਹਿਬ ਦੇ ਨਾਮ ਦਾ ਕੱਢਣਾ ਜੀ। ਹਾਂਜੀ, ਜਿਹੜੇ ਜਿਹੜੇ ਦਸਵੰਧ ਕੱਢਦੇ ਫਿਰ ਉਹ ਸੁਖੀ ਰਹਿੰਦੇ ਜੀ। ਮੈਂ ਅੱਗੇ ਵੀ ਤੁਹਾਡੇ ਨਾਲ ਬੜੀ ਵਾਰੀ ਬੇਨਤੀ ਕੀਤੀ, ਗੁਰੂ ਸਾਹਿਬ ਦਾ ਇੱਕ ਵੀ ਕੋਈ ਬਚਨ ਬੰਦਾ ਕਮਾਲੇ ਤਾਂ ਉਹਦਾ ਭਲਾ ਹੋ ਸਕਦਾ, ਉਹਦੀ ਮੁਕਤੀ ਹੋ ਸਕਦੀ ਹੈ ਜੀ। ਬਚਨ ਇੱਕ ਹੀ ਕੋਈ ਕਮਾਲੇ ਜੀ, ਕਿਉਂ? ਇੱਕ ਬਚਨ ਨੇ ਦੂਜੇ ਬਚਨ ਆਪੇ ਹੀ ਸਾਰੇ ਲੈ ਆਉਣੇ ਜੀ ਅੱਗੇ ਜੀ। ਜਿਸ ਦਿਨ ਬੰਦੇ ਨੂੰ ਤਨਖਾਹ ਮਿਲੇ ਜੀ, ਅਤੇ ਬੰਦਾ ਉਸ ਤਨਖਾਹ ਦਾ 1/10 ਹਿੱਸਾ ਕੱਢ ਕੇ ਵੇਖ ਲਏ, ਤੁਸੀਂ ਵੇਖ ਲਿਓ ਉਸ ਦਿਨ ਮਨ ਨੂੰ ਇੱਕ ਅਜੀਬ ਤਰ੍ਹਾਂ ਦੀ ਸ਼ਾਂਤੀ ਜੀ ਬਣੀ ਰਹੇਗੀ ਜੀ। ਵੇਖ ਲਿਓ ਤੁਸੀਂ ਜਦੋਂ ਦਸਵੰਧ ਕੱਢ ਦਿਓਗੇ ਨਾ ਜੀ, ਮਨ ਨੂੰ ਅਜੀਬ ਤਰ੍ਹਾਂ ਦੀ ਸੁੱਖ ਸ਼ਾਂਤੀ ਮਿਲੇਗੀ ਜੀ। ਬੰਦਾ ਨਾਮ ਵੀ ਜਪਦਾ ਜੀ, ਸਭ ਕੁਝ ਕਰਦਾ ਜੀ, ਪਰ ਗੁਰੂ ਸਾਹਿਬ ਦੇ ਕਹੇ ਅਨੁਸਾਰ ਨਹੀਂ ਕਰਨ ਦਿਆ ਜੀ, ਆਪਣੀ ਮਰਜ਼ੀ ਅਨੁਸਾਰ ਕਰਨ ਦਿਆ। ਗੁਰੂ ਸਾਹਿਬ ਦੇ ਕਹੇ ਅਨੁਸਾਰ ਬੰਦਾ ਨਾਮ ਜਪ ਕੇ ਵੇਖ ਲਏ, ਕਮਾਈ ਕਰਕੇ ਵੇਖ ਲਵੇ, 1, 2, 3, 4 ਮਹੀਨੇ, 6 ਮਹੀਨਿਆਂ ਤੱਕ ਉਹਦੇ ਅੰਦਰ ਦੀ ਕੋਈ ਨਾ ਕੋਈ ਗੁਰੂ ਸਾਹਿਬ ਕਿਰਪਾ ਕਰਕੇ ਵਧੀਆ ਅਵਸਥਾ ਬਣਾ ਦਿੰਦੇ ਜੀ। ਪਰ ਗੱਲ ਕੀ ਜੀ, ਉਹ ਗੁਰੂ ਸਾਹਿਬ ਦੇ ਕਹੇ ਅਨੁਸਾਰ ਜੀ, ਆਪਣੀ ਮਰਜ਼ੀ ਅਨੁਸਾਰ ਨਹੀਂ ਜੀ, ਕੋਈ ਨਾ ਕੋਈ ਅੰਦਰ ਦੀ ਮਹਾਰਾਜ ਵਧੀਆ ਅਵਸਥਾ ਬਣਾ ਦਿੰਦੇ ਜੀ ਉਹਦੀ ਜੀ। ਦਸਵੰਧ ਕੱਢੇ ਇਹ ਆਰਥਿਕ ਕੰਮ ਹੈਗਾ ਜੀ ਸਾਡਾ ਜੀ। ਚਾਚਾ ਫੱਗੋ ਜੀ ਦੀ ਕਥਾ ਤੋਂ ਬੜੀ ਵੱਡੀ ਸਿੱਖਿਆ ਮਿਲਦੀ ਜੀ। ਇੱਕ ਤਾਂ ਆਮ ਜਿਹੜੇ ਨੇ ਉਹਨਾਂ ਨੂੰ ਦਸਵੰਧ ਕੱਢਣ ਦੀ ਸਿੱਖਿਆ ਮਿਲਦੀ, ਅਤੇ ਸਾਡੇ ਮਹਿਕਮੇ ਨੂੰ ਦਸਵੰਧ ਸਾਂਭ ਕੇ ਕਿਵੇਂ ਰੱਖਣਾ ਇਹਦੀ ਸਿੱਖਿਆ ਮਿਲਦੀ ਜੀ। ਦਸਵੰਧ ਲੇਖੇ ਵਿੱਚ ਕਿਵੇਂ ਲਾਉਣਾ, ਜੇ ਕੂੜਾ ਮਿਲਿਆ ਉਹਦੇ ਵਿੱਚੋਂ ਵੀ ਲੱਭਣਾ ਵੀ ਕੁਝ ਨਾ ਕੁਝ ਵਧੀਆ ਚੀਜ਼ ਇਹਦੇ ਵਿੱਚੋਂ ਵੀ ਲੱਭੇ, ਤਾਂ ਕਿ ਜਿਹਦੇ ਘਰੋਂ ਕੂੜਾ ਆਇਆ ਉਹਦਾ ਭਲਾ ਹੋ ਸਕੇ ਜੀ, ਉਹਦਾ ਭਲਾ ਹੋ ਸਕੇ ਜੀ।
ਕੱਢਣ ਵਾਲਿਆਂ ਨੂੰ ਕੱਢਣ ਦੀ ਸਿੱਖਿਆ ਅਤੇ ਸਾਂਭਣ ਵਾਲਿਆਂ ਨੂੰ ਸਾਂਭਣ ਦੀ ਅਤੇ ਧਿਆਨ ਨਾਲ ਖਰਚਣ ਦੀ ਜੀ। ਦਸਵੰਧ ਦੀ ਮਾਇਆ ਐਵੇਂ ਨਹੀਂ ਫਜ਼ੂਲ ਵਾਲੇ ਪਾਸੇ ਵੀ ਨਹੀਂ ਲਾਉਣੀ ਚਾਹੀਦੀ ਜੀ। ਸੱਚੇ ਪਾਤਸ਼ਾਹ ਕਿਰਪਾ ਕਰਨ, ਦਇਆ ਕਰਨ। ਚਾਚਾ ਫੱਗੋ ਜੀ ਨੂੰ ਗੁਰੂ ਸਾਹਿਬ ਨੇ ਨਿਹਾਲ ਕੀਤਾ ਜੀ। ਗੁਰਮੁਖ ਦੀ ਅਵਸਥਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੁੱਖੋਂ ਤੁਸੀਂ ਸੁਣੀ ਜੀ। ਗੁਰਮੁਖ ਪਰ ਸਵਾਰਥ ਕੋ ਕਰਤਾ, ਰਿਦਾ ਲੋਭ ਹੰਕਾਰ ਨਾ ਧਰਤਾ। ਗੁਰਮੁਖ ਅੰਦਰ ਲੋਭ ਨਹੀਂ ਰੱਖਦਾ, ਹੰਕਾਰ ਨਹੀਂ ਰੱਖਦਾ ਜੀ। ਗੁਰ ਕਾਰਜ ਕੋ ਕਰਤ ਆਰੰਭ, ਜਿਹੜਾ ਗੁਰਮੁਖ ਹੈ ਨਾ ਜੀ, ਉਹ ਕੋਈ ਨਾ ਕੋਈ ਗੁਰੂ ਘਰ ਦਾ ਕੰਮ ਆਰੰਭ ਹੀ ਰੱਖੇਗਾ ਜੀ। ਇਹ ਨਹੀਂ ਵੀ ਹੁਣ ਤਾਂ ਲੋੜ ਕੋਈ ਨਹੀਂ ਹੈਗੀ ਅਤੇ ਬਸ ਹੁਣ ਆਰਾਮ ਹੀ ਕਰੀਏ ਜੀ, ਨਹੀਂ ਜੀ। ਕੋਈ ਨਾ ਕੋਈ ਸੇਵਾ ਦਾ ਕੰਮ ਗੁਰਮੁਖ ਆਰੰਭ ਹੀ ਰੱਖੇਗਾ ਜੀ। ਅਤੇ ਸਿੱਖੀ ਥੰਬਨ ਕੇ ਤੁਮ ਥੰਬ, ਕੱਲ੍ਹ ਮਹਾਰਾਜ ਨੇ ਚਾਚਾ ਫੱਗੋ ਜੀ ਨੂੰ ਸਿੱਖੀ ਦਾ ਥੰਮ ਆਖਿਆ ਸੀਗਾ ਜੀ। ਅਸਲ ਵਿੱਚ ਜਿਹੜੇ ਜਿੰਨੇ ਗੁਰਮੁਖ ਨੇ ਨਾ ਜੀ, ਇਹ ਸਿੱਖੀ ਦੇ ਥੰਮ ਨੇ। ਸਿੱਖੀ ਛੱਤ ਹੈ ਬੜੀ ਵੱਡੀ ਜੀ, ਅਤੇ ਉਸ ਛੱਤ ਥੱਲੇ ਗੁਰਸਿੱਖ ਥੰਮ ਨੇ ਜੀ, ਜਿਹੜੇ ਦੱਸਦੇ ਨੇ ਵੀ ਇਸ ਤਰ੍ਹਾਂ ਦੀ ਸਿੱਖੀ ਹੈ। ਗੁਰਮੁਖ ਭਵਸਾਗਰ ਤੇ ਉਤਰੈ ਪਾਰ, ਆਪ ਤੇ ਭਵਸਾਗਰ ਤੋਂ ਪਾਰ ਉਤਰਦਾ ਹੀ ਹੈ ਨਾ ਜੀ। ਪਰ ਅਪਰ ਅਨੇਕਨ ਕਰਹੇ ਉਧਾਰ, ਪਤਾ ਨਹੀਂ ਕਿੰਨਿਆਂ ਕੁ ਦਾ ਹੋਰ ਦਾ ਉਧਾਰ ਕਰ ਲੈਂਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਬਾਣੀ 'ਚ ਲਿਖਦੇ, ਹਰ ਕਾ ਨਾਮ ਰਿਦੈ ਨਿਤ ਧਿਆਈ, ਕੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਨਾਮ ਤੇ ਚਲੋ ਸਾਰੇ ਜਪਦੇ ਥੋੜਾ ਬਹੁਤਾ, ਨਿਤ ਵਾਲੀ ਖੇਡ ਹੈ ਨਾ ਜੀ ਜਿਹੜੀ, ਇਹ ਬੜੀ ਔਖੀ ਹੈਗੀ ਜੀ। ਥੋੜੇ ਜੇ ਘਰ ਵਿੱਚ ਪਰਾਹੁਣੇ ਆਉਣ ਤੇ ਨਿਤਨਿਮ ਖਰਾਬ ਹੋ ਜਾਂਦਾ ਜੀ ਬੰਦੇ ਦਾ ਜੀ। ਹਰ ਕਾ ਨਾਮ ਰਿਦੈ ਨਿਤ ਧਿਆਈ, ਹੋਏਗਾ ਕਿ ਸੰਗੀ ਸਾਥੀ ਸਗਲ ਤਰਾਈ, ਸੰਗੀ ਸਾਥੀ ਉਹਦੇ ਨਾਲ ਤਰ ਜਾਂਦੇ ਜੀ। ਇੱਕ ਤਾਂ ਨਾ ਜੀ ਅਰਥ ਕਰਤੇ, ਇੱਕ ਮੈਂ ਉਸ ਮਹਾਂਪੁਰਖ ਦਾ ਤੁਹਾਨੂੰ ਜੀਵਨ ਦੱਸਦਾ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਪਹੁੰਚ ਬਖਸ਼ਿਸ਼ ਕੀਤੀ ਸੀ ਵੀ ਉਹ ਸੰਗੀ ਸਾਥੀ ਸਾਰੇ ਤਰਾ ਸਕਦੇ ਸੀਗੇ ਜੀ। ਉਹਨਾਂ ਦਾ ਬਚਨ ਮੈਂ ਆਪ ਜੀ ਨੂੰ ਦੱਸਣ ਲੱਗਾ ਜੀ। ਗੁਰਮੁਖ ਬੈਠੇ, ਇਹਨਾਂ ਸੰਗਤ ਕੀਤੀ ਮਹਾਂਪੁਰਖਾਂ ਦੀ, ਅਤੇ ਉਹਨਾਂ ਆਖਿਆ ਵੀ ਹੁਣ ਰੱਬ ਨੇ ਸਾਨੂੰ ਇਹ ਅਵਸਥਾ ਬਖਸ਼ਿਸ਼ ਕੀਤੀ ਵੀ ਸੰਗੀ ਸਾਥੀ ਸਗਲ ਤਰਾਈ। ਚਲੋ ਬਚਨ ਤੇ ਹੋਰ ਵੀ ਹੋਏ ਜੀ। ਇਹਨਾਂ ਪੁੱਛਿਆ ਜੀ ਇਹ ਅਵਸਥਾ ਕਿਵੇਂ, ਉਹ ਕਹਿਣ ਲੱਗੇ ਕੋਈ ਬੰਦਾ ਮਿਹਨਤ ਕਰਦਾ ਜੀ, ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ, ਨੌਕਰੀ ਕਰਦਾ ਮਿਹਨਤ ਕਰਦਾ, ਬਾਅਦ ਚੋਂ ਰਿਟਾਇਰ ਹੁੰਦਾ ਜੀ। ਰਿਟਾਇਰ ਹੋਣ ਤੋਂ ਬਾਅਦ ਉਹਨੂੰ ਵਾਧਾ ਮਿਲਦਾ ਜੀ, ਜਿਹੜਾ ਵਾਧੂ ਜਿਹੜੇ ਮਾਇਆ ਦਿੰਦੀ ਜੀ ਕੰਪਨੀ ਜੀ। ਹਾਂਜੀ, ਕਹਿਣ ਲੱਗੇ ਸਾਨੂੰ ਪਰਮੇਸ਼ਰ ਨੇ ਉਹ ਦਿੱਤਾ। ਕਹਿਣ ਲੱਗੇ ਹੁਣ ਜਿਹਨੂੰ ਵੀ ਚਾਹੀਏ ਅਰਦਾਸ ਕਰਕੇ ਉਹਨੂੰ ਤਰਾ ਸਕਦੇ ਜੀ। ਗੱਲ ਇਹ ਹੋਈ ਹੈ ਗੁਰਮੁਖ ਵਿੱਚ ਅਵਸਥਾ, ਇਹ ਨਹੀਂ ਆ ਇੱਕ ਮੈਂ ਵੇਖਣਿਆ ਟੀ ਵੀ 'ਤੇ, ਉਹ ਇਹ ਕਹਿੰਦਾ ਸੀ ਸੱਚਖੰਡ ਵਿੱਚ ਤੁਹਾਨੂੰ ਮੈਂ ਜਗ੍ਹਾ ਦਵਾਵਾਂਗਾ ਹੇ ਜੀ। ਮੈਂ ਬੜਾ ਹੈਰਾਨ ਸੁਣ ਕੇ, ਮੈਂ ਕਿਹਾ ਪਤਾ ਨਹੀਂ ਇਹਦੀ ਉੱਥੇ ਹੈਗੀ ਕਿ ਨਹੀਂ ਹੈਗੀ। ਇਹ ਤਾਂ ਗੱਲਾਂ ਕਰਦਾ ਜਿਵੇਂ ਇਹਨੇ ਪਲਾਟ ਖਰੀਦਿਆ ਹੁੰਦਾ ਉੱਥੇ ਜੀ, ਵੀ ਸੱਚਖੰਡ ਵਿੱਚ ਤੁਹਾਨੂੰ ਮੈਂ ਜਗ੍ਹਾ ਦਵਾ ਦਿਆਂਗਾ। ਉਹ ਜਿਨ੍ਹਾਂ ਨੂੰ ਪਹੁੰਚ ਰੱਬ ਨੇ ਦਿੱਤੀ ਹੈ ਨਾ ਜੀ, ਉਹ ਰੌਲਾ ਨਹੀਂ ਪਾਉਂਦੇ ਫਿਰਦੇ ਜੀ। ਬਸ ਜਿੰਨੇ ਉਹਨਾਂ ਦੇ ਸੰਪਰਕ ਵਿੱਚ ਆਉਂਦੇ ਜੀ, ਉਨਿਆਂ ਕੁ ਦਾ ਭਲਾ ਹੋ ਜਾਂਦਾ ਜੀ। ਹਾਂਜੀ, ਸਗੋਂ ਜਿਹੜੇ ਆਪ ਕਹਿਣ ਨਾ ਜੀ, ਜੋ ਸਟੇਜਾਂ 'ਤੇ ਦਾਅਵੇ ਕਰਨ, ਸਮਝੋ ਵੀ ਕੋਈ ਨਾ ਕੋਈ ਕੰਮ ਘਪਲਾ ਹੋ ਰਿਹਾ ਜੀ ਇੱਥੇ ਜੀ, ਘਪਲਾ ਹੋ ਰਿਹਾ। ਹਾਂਜੀ, ਦੱਸੋ ਸੱਚਖੰਡ ਵਿੱਚ ਕਿੰਨੇ ਪਲਾਟ ਪਾਇਆ ਜੀ ਆਪਣਾ ਜੀ ਉੱਥੇ ਜੀ, ਜਿਹੜਾ ਆਖਦੇ ਵੀ ਮੈਂ ਭਲਾ ਕਰ ਦੂੰਗਾ, ਮੈਂ ਥਾਂ ਦਵਾ ਦਿਆਂਗਾ ਨਾ। ਪਹੁੰਚੇ ਹੋਏ ਬੰਦੇ ਵੀ ਇਹ ਆਖਣਗੇ ਵੀ ਅਸੀਂ ਅਰਦਾਸ ਕਰਾਂਗੇ ਅਤੇ ਤੁਹਾਡਾ ਭਲਾ ਹੋ ਸਕਦਾ ਜੀ। ਵੈਸੇ ਤਾਂ ਵੀ ਰੇਅਰ ਗੱਲ ਹੈ ਜੀ ਹਾਰੀ ਸਾਰੀ ਦੇਣੀ ਜੀ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕਿਹਾ, ਗੱਜ ਕੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਸਾਖੀ ਤੇ ਕੱਲ ਵਾਲੀ ਤੁਹਾਨੂੰ ਯਾਦ ਹੈ, ਜਿਹੜੇ ਆਹ ਬਚਨ ਨੇ ਬੰਦੇ ਦੀ ਸੁਰਤ ਵਿੱਚੋਂ ਨਿਕਲ ਜਾਂਦੇ ਨੇ, ਮੈਂ ਤਾਂ ਬੇਨਤੀ ਕਰਨ ਰਿਹਾ ਜੀ। ਮਹਾਰਾਜ ਕਹਿੰਦੇ ਗੁਰਮੁਖ ਆਪ ਤੇ ਪਾਰ ਉਤਰਦਾ ਹੀ ਹੈ ਤੇ ਜਿੰਨਿਆਂ ਨੂੰ ਚਾਹੇ ਉਨਿਆਂ ਦਾ ਭਲਾ ਕਰਾ ਸਕਦਾ। ਉਹ ਕਹਿਣ ਲੱਗੇ ਗੁਰਮੁਖ ਕੋਲ ਪਹੁੰਚ ਹੁੰਦੀ ਹੈ, ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੇਂ ਇੱਕ ਕਣੀ। ਹਰ ਰੋਜ਼ ਤੁਸੀਂ ਇੱਕ ਪੰਕਤੀ ਪੜ੍ਹਦੇ ਹੋ,
ਪਰ ਕਦੀ ਧਿਆਨ ਨਾ ਦੀ ਜਿੰਨੀ ਨਾਮ ਗਏ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ ਉਹਨਾਂ ਦੇ ਆਪਣੇ ਮੁਖ ਤੇ ਉਜਲੇ ਹੁੰਦੇ ਕਈਆਂ ਦੀ ਛੁੱਟੀ ਕਰਾ ਦਿੰਦੇ ਜੀ ਉਹ ਜੀ ਕਈਆਂ ਦਾ ਉਧਾਰ ਹੋ ਜਾਂਦਾ ਜੀ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਤੁਭ ਗਤ ਚਹਿਤ ਹੁਤੇ ਬਿਦਤਾਈ ਗਨ ਸਿੱਖਣ ਮੈਂ ਅਬ ਇਹ ਸੁਣਾਈ ਚਾਚਾ ਫੱਗੋ ਜੀ ਸਾਨੂੰ ਪਤਾ ਸੀਗਾ ਸਾਰੀ ਗੱਲ ਦਾ ਅਸੀਂ ਤੇ ਤਾਂ ਤੁਹਾਡੇ ਮੁਖੋਂ ਸਾਰੀ ਗੱਲ ਕਰਾਈ ਵੀ ਗੁਰੂ ਘਰ ਦੇ ਸਿੱਖਾਂ ਨੂੰ ਸਾਰੀ ਗੱਲ ਪਤਾ ਲੱਗ ਜੇ ਜੀ ਅੱਛਾ ਜੇ ਮਹਾਰਾਜ ਚਾਚਾ ਜੀ ਨੂੰ ਨਾ ਪੁੱਛਦੇ ਤੇ ਸਾਨੂੰ ਵੀ ਨਹੀਂ ਪਤਾ ਲੱਗਣਾ ਜੀ ਸਾਨੂੰ ਕਿੱਥੋਂ ਪਤਾ ਲੱਗ ਜਾਣਾ ਸੀਗਾ ਜੀ ਫਿਰ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਗੁਰਸਿੱਖਾਂ ਦਾ ਕੰਮ ਹੈ ਦੂਜੇ ਦਾ ਭਲਾ ਕਰਨਾ ਜਿਹੜੇ ਸਵਾਸ ਸਵਾਸ ਵਾਹਿਗੁਰੂ ਨੂੰ ਚੇਤਾ ਕਰਦੇ ਤੇ ਦੂਸਰੇ ਦਾ ਭਲਾ ਕਰਦੇ ਉਹ ਮੈਨੂੰ ਪਿਆਰੇ ਲੱਗਦੇ ਕਹਿਣ ਲੱਗੇ ਫਿਰ ਮਹਾਰਾਜ ਕਹਿੰਦੇ ਹੇ ਫੱਗੋ ਤੂੰ ਗੁਰਮੁਖ ਸਿੱਖ ਫੱਗੋ ਜੀ ਤੁਸੀਂ ਗੁਰਮੁਖ ਸਿੱਖ ਚ ਕਹਿਣ ਲੱਗੇ ਗੁਰਮੁਖ ਸਿੱਖ ਜਿਹੜੇ ਉੱਪਰ ਲੱਖਣ ਦੱਸੇ ਨਾ ਜੀ ਸਾਰੇ ਉਹ ਚਾਚਾ ਫੱਗੋ ਜੀ ਦੇ ਵਿੱਚ ਹੈਗੇ ਜੀ ਤੇ ਵੇਖ ਲਓ ਇੰਨੇ ਮਹਾਨ ਗੁਰਮੁਖ ਦਾ ਜੀਵਨ ਹੋ ਸਕਦਾ ਤੁਸੀਂ ਬਹੁਤ ਸਾਰਿਆਂ ਨੇ ਪਹਿਲੀ ਵਾਰੀ ਸੁਣਿਆ ਹੋਏ ਜੀ ਚਲੋ ਜਿਹੜੇ ਲੜੀਵਾਰ ਕਥਾ ਪੁਰਾਣੀ ਸੁਣਦੇ ਉਹਨਾਂ ਸਿੱਖਿਆ ਸੁਣਿਆ ਹੋ ਸਕਦਾ ਪਹਿਲਾਂ ਬਹੁਤ ਸਾਰਿਆਂ ਨੇ ਹੋ ਸਕਦਾ ਤੁਸੀਂ ਪਹਿਲੀ ਵਾਰੀ ਇਹਨਾਂ ਗੁਰਮੁਖਾਂ ਦਾ ਨਾਮ ਸੁਣਿਆ ਹੋਏ ਕਈਆਂ ਨਾਮ ਹੀ ਪਹਿਲੀ ਵਾਰੀ ਸੁਣਿਆ ਜੀ ਇਹਨਾਂ ਦਾ ਜੀ ਫਿਰ ਮਹਾਰਾਜ ਕਹਿੰਦੇ ਸੁਨੇਹੇ ਕਥਾ ਸਿੱਖ ਤੋਹੇ ਭਵਿੱਖ ਆਉਣ ਵਾਲੇ ਸਮੇਂ ਵਿੱਚ ਭਵਿੱਖ ਵਿੱਚ ਗੁਰੂ ਘਰ ਦੇ ਸਿੱਖ ਤੁਹਾਡੀ ਕਥਾ ਸੁਣਿਆ ਕਰਨਗੇ ਕਹਿਣ ਲੱਗੇ ਤੇ ਜਿਹੜਾ ਕਥਾ ਸੁਣੇਗਾ ਤਿੰਨਕੋ ਸਿੱਖੀ ਪ੍ਰਾਪਤ ਹੋਏ ਉਹਨਾਂ ਨੂੰ ਸਿੱਖੀ ਦੀ ਦਾਤ ਪ੍ਰਾਪਤ ਹੋਏਗੀ ਉਹਨਾਂ ਨੂੰ ਸਿੱਖੀ ਮਿਲੇਗੀ ਜੀ ਹਾਂਜੀ ਹੁਣ ਇੱਕ ਵੱਡਿਆ ਵੱਡੇ ਪ੍ਰਚਾਰ ਕਰਨੇ ਜੀ ਇੱਕ ਗੁਰਮੁਖ ਦੇ ਜੀਵਨ ਦੀ ਗੱਲ ਹੀ ਸੁਣ ਦਿਓ ਤੇ ਬੰਦੇ ਨੂੰ ਸਿੱਖੀ ਮਿਲ ਜੇ ਜੀ ਕਿੰਨਾ ਫਰਕ ਹੈ ਜੀ ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਆਪਾਂ ਬੜੇ ਪ੍ਰੇਮ ਨਾਲ ਸੁਣਨਾ ਜਦੋਂ ਸੰਗਤ ਨੇ ਗੱਲ ਸੁਣੀ ਨਾ ਜੀ ਸਾਰੀ ਸੰਗਤ ਚਾਚਾ ਫੱਗੋ ਜੀ ਨੂੰ ਧੰਨ ਧਾਨੀ ਆਖੇ ਜੀ ਇੰਨਾ ਮਹਾਨ ਜੀਵਨ ਇੰਨਾ ਅੱਛਾ ਜੀਵਨ ਚਾਚਾ ਜੀ ਦਾ ਤੇ ਸਾਨੂੰ ਪਤਾ ਹੀ ਨਹੀਂ ਜੀ ਕਿਸੇ ਗੱਲ ਦਾ ਹੁਣ ਇਹਦੇ ਤੋਂ ਅੱਗੇ ਕਥਾ ਵਿਚਾਰ ਸੁਣੋ ਸਾਰੀ ਸੰਗਤ ਜੋੜੋ ਹੱਥ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਥੋੜਾ ਜਿਹਾ ਗੱਜ ਕੇ ਆਖੋ ਮਾਇਆ ਦੀ ਕਮੀ ਨਹੀਂ ਰਹਿਣੀ ਗੱਜ ਕੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮਾਇਆ ਸ਼ਬਦ ਮੈਂ ਤਾਂ ਵਰਤਦਾ ਵੀ ਬਹੁਤਿਆਂ ਨੂੰ ਲੋੜ ਹੁੰਦੀ ਹੈ ਜੀ ਹੈ ਨਾਮ ਦੀ ਦਾਤ ਜਾਂ ਅੰਦਰ ਦਾ ਟਕਾਏ ਤੇ ਕੋਈ ਕੋਈ ਮੰਗਣ ਆਉਂਦਾ ਜੀ ਬਹੁਤੇ ਤੇ ਵਿਚਾਰੇ ਵਾਹਿਗੁਰੂ ਵਾਹਿਗੁਰੂ ਮਹਾਰਾਜ ਖਿਮਾ ਬਖਸ਼ਣ ਬਹੁਤ ਸਾਰੇ ਤੇ ਇਹੋ ਮਾਇਆ ਦੀ ਮੰਗ ਲੈ ਕੇ ਆਉਂਦੇ ਜੀ ਹਾਂਜੀ ਗੱਜ ਕੇ ਸਾਰੀ ਸੰਗਤ ਆਪਾਂ ਪ੍ਰੇਮ ਨਾਲ ਆਖੀਏ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰ ਆਖੋ ਜੀ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੇ ਫੱਗੋ ਤੂੰ ਗੁਰਮੁਖ ਸਿੱਖ ਸੁਣੈ ਕਥਾ ਸਿੱਖ ਤੋਹੇ ਭਵਿੱਖ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਫੱਗੋ ਜੀ ਤੁਸੀਂ ਗੁਰਮੁਖ ਸਿੱਖ ਚੇ ਆਉਣ ਵਾਲੇ ਸਮੇਂ ਵਿੱਚ ਲੋਕ ਗੁਰੂ ਘਰ ਦੀਆਂ ਸਿੱਖ ਸੰਗਤਾਂ ਤੁਹਾਡੀ ਕਥਾ ਸੁਣਿਆ ਕਰਨਗੀਆਂ ਜੀ ਹਾਂਜੀ ਤਿੰਨਕੋ ਸਿੱਖੀ ਪ੍ਰਾਪਤ ਹੋਏ ਉਹਨਾਂ ਨੂੰ ਸਿੱਖੀ ਦੀ ਦਾਤ ਪ੍ਰਾਪਤ ਹੋਏਗੀ ਹਾਂਜੀ ਕਾਮ ਕ੍ਰੋਧ ਹੰਕਾਰ ਨਾ ਕੋਏ ਉਹਨਾਂ ਦੇ ਅੰਦਰ ਦਾ ਕਾਮ ਕ੍ਰੋਧ ਤੇ ਹੰਕਾਰ ਘਟੇਗਾ ਜੀ ਜਿਹੜਾ ਤੁਹਾਡੀ ਸਾਖੀ ਤੋਂ ਸਿੱਖਿਆ ਲਏਗਾ ਜੀ ਹਾਂਜੀ ਸੁਣ ਕਰ ਸੰਗਤ ਬਾਕ ਬਿਲਾਸ ਤੇ ਜਦੋਂ ਸਾਰੀ ਸੰਗਤ ਨੇ ਸਤਿਗੁਰੂ ਜੀ ਦੇ ਮੁਖੋਂ ਚਾਚਾ ਫੱਗੋ ਜੀ ਦੀ ਤਾਰੀਫ ਸੁਣੀ ਦੀ ਜਸ ਸੁਣਿਆ ਵੇਖ ਲਓ ਗੁਰੂ ਸਾਹਿਬ ਨੇ ਤੇ ਸਿੱਖ ਦਾ ਵਾਹਿਗੁਰੂ ਸਿੱਖ ਨੇ ਤੇ ਗੁਰੂ ਦਾ ਜਸ ਕਰਨਾ ਹੀ ਹੈ ਕਈ ਸਿੱਖ ਐਸੇ ਹੋਏ ਜਿਨ੍ਹਾਂ ਦਾ ਜਸ ਗੁਰੂ ਸਾਹਿਬ ਨੇ ਆਪਣੇ ਮੁਖੋਂ ਕੀਤਾ ਜੀ ਗੁਰੂ ਸਾਹਿਬ ਨੇ ਆਪਣੇ ਮੁਖੋਂ ਕੀਤਾ ਸੰਗਤ ਨੇ ਜਦੋਂ ਮਹਾਰਾਜ ਦੇ ਮੁਖੋਂ ਚਾਚਾ ਫੱਗੋ ਜੀ ਦੀ ਤਾਰੀਫ ਸੁਣੀ ਨਾ ਜੀ
ਮਹਿਮਾ ਜਾਨੀ ਆਨੰਦ ਪ੍ਰਕਾਸ਼ ਤੇ ਚਾਚਾ ਫੱਗੋ ਜੀ ਦੀ ਬੜੀ ਮਹਿਮਾ ਜਾਣੀ ਜੀ ਵੀ ਬੜੇ ਵੱਡਾ ਜੀਵਨ ਜੀ ਸੰਗਤ ਨੂੰ ਸੁਣ ਕੇ ਬੜੀ ਪ੍ਰਾਪਤੀ ਹੋਈ ਜੀ ਹਾਂਜੀ ਹੱਥ ਜੋਰ ਪੁਨ ਅਰਜ਼ ਗੁਜ਼ਾਰੀ ਹੁਣ ਨਾ ਜੀ ਸਸਰਾਮ ਪਿੰਡ ਦੀ ਸਾਰੀ ਸੰਗਤ ਨੇ ਹੁਣ ਅਗਲੀ ਸਾਖੀ ਆਰੰਭ ਹੋਣ ਲੱਗੀ ਹੈ ਗੱਜ ਕੇ ਆਖੋ ਵਾਹਿਗੁਰੂ ਸਸਰਾਮ ਪਿੰਡ ਦੀ ਸਾਰੀ ਸੰਗਤ ਨੇ ਮਹਾਰਾਜ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਨਮੁਖ ਹੱਥ ਜੋੜੇ ਜੀ ਤੁਸੀਂ ਵੀ ਜੋੜੋ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਾਂਜੀ ਪੁਰਹੋ ਭਾਵਨੀ ਪ੍ਰਭੂ ਹਮਾਰੀ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗੀ ਮਹਾਰਾਜ ਆਪ ਜੀ ਕਿਰਪਾ ਕਰੋ ਤੇ ਸਾਡੀ ਵੀ ਇੱਕ ਭਾਵਨਾ ਉਹ ਵੀ ਪੂਰੀ ਕਰੋ ਮਹਾਰਾਜ ਚਾਚਾ ਜੀ ਦੀ ਭਾਵਨਾ ਤੁਸੀਂ ਇੱਥੇ ਆ ਕੇ ਪੂਰੀ ਕੀਤੀ ਜੀ ਹਾਂਜੀ ਗਨ ਸਿੱਖਣ ਮਿਲ ਕਰ ਅਨੁਰਾਗ ਮਹਾਰਾਜ ਸਸਰਾਮ ਪਿੰਡ ਦੀਆਂ ਸਿੱਖਾਂ ਨੇ ਇਕੱਠੇ ਹੋ ਕੇ ਬੜੇ ਪਿਆਰ ਦੇ ਨਾਲ ਹਾਂਜੀ ਤੁਮ ਹਿਤ ਵਹਿਰ ਲਗਾਏ ਬਾਗ ਸੱਚੇ ਪਾਤਸ਼ਾਹ ਸਾਰੇ ਪਿੰਡ ਦੇ ਸਿੱਖਾਂ ਨੇ ਇਕੱਠੇ ਹੋ ਕੇ ਤੁਹਾਡੇ ਵਾਸਤੇ ਬਾਗ ਲਵਾਇਆ ਮਹਾਰਾਜ ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਹੁਣ ਤੇ ਗੱਲਾਂ ਮੁੱਕ ਹੀ ਗਈਆਂ ਹੋਣ ਗਈਆਂ ਜੀ ਹੁਣ ਥਾਂ ਹੀ ਨਹੀਂ ਹੈਗੀ ਤੇ ਬਾਗ ਕਿੱਥੋਂ ਲਵਾਉਣੇ ਜੀ ਥਾਂ ਹੀ ਨਹੀਂ ਹੈਗੀ ਜੀ ਬਹੁਤ ਘੱਟ ਹੈ ਜੀ ਸਿਸਟਮ ਮਹਾਰਾਜ ਸੱਚੇ ਪਾਤਸ਼ਾਹ ਸੰਗਤਾਂ ਨੇ ਇਕੱਠੇ ਹੋ ਕੇ ਬਾਗ ਲਵਾਇਆ ਆਪ ਲਾਇਆ ਸੱਚੇ ਪਾਤਸ਼ਾਹ ਸਾਰਾ ਬਾਗ ਹਾਂਜੀ ਆੜੂ ਅਮਰੂਦ ਤਰ ਅੰਬ ਜਿਹਦੇ ਵਿੱਚ ਆੜੂ ਅਮਰੂਦ ਤੇ ਅੰਬ ਦੇ ਰੁੱਖ ਸੱਚੇ ਪਾਤਸ਼ਾਹ ਹੀ ਲਾਏ ਨੇ ਜੀ ਹਾਂਜੀ ਕਦਲੀ ਯੁਕਤ ਸੀਂਚ ਤਰ ਅੰਬ ਮਹਾਰਾਜ ਰੋਜ਼ ਹੀ ਬਿਨ ਨਾਗਾ ਪਾਣੀ ਪਾ ਕੇ ਬੜੇ ਬੜੇ ਮਾਲੀ ਰੱਖੇ ਜੀ ਬੜੀ ਮਿਹਨਤ ਨਾਲ ਗੁਰੂ ਕੇ ਸਿੱਖਾਂ ਨੇ ਪਿੰਡ ਦੀਆਂ ਸੰਗਤਾਂ ਨੇ ਤੁਹਾਡੇ ਵਾਸਤੇ ਬਾਗ ਲਵਾਇਆ ਜੀ ਮਹਾਰਾਜ ਕਹਿੰਦੇ ਤੁਹਾਨੂੰ ਤੁਸੀਂ ਕਿਉਂ ਲਵਾਇਆ ਜੀ ਤੇ ਪਿੰਡ ਵਾਲੇ ਕਹਿਣ ਲੱਗੇ ਮਹਾਰਾਜ ਚਾਚਾ ਜੀ ਨੇ ਜਦੋਂ ਬਣਾਇਆ ਨਾ ਘਰ ਇਹਨਾਂ ਦੀ ਸ਼ਰਧਾ ਵੱਲ ਵੇਖ ਕੇ ਸਾਨੂੰ ਭਰੋਸਾ ਹੋ ਗਿਆ ਸੀ ਵੀ ਤੁਸੀਂ ਸਾਡੇ ਪਿੰਡ ਆਉਣਾ ਹੀ ਆਉਣਾ ਜੀ ਮਹਾਰਾਜ ਵੇਖ ਲਓ ਗੁਰਮੁਖ ਦਾ ਜੀਵਨ ਕਿੰਨਾ ਪ੍ਰਭਾਵਿਤ ਕਰ ਦਿੰਦਾ ਜੀ ਇਹਨਾਂ ਵੱਲ ਵੇਖ ਕੇ ਸਾਨੂੰ ਪੂਰਾ ਪੂਰਾ ਭਰੋਸਾ ਹੋ ਗਿਆ ਸੀ ਵੀ ਆਪ ਜੀ ਨੇ ਆਉਣਾ ਹੀ ਆਉਣਾ ਜੀ ਤੇ ਬਸ ਵੇਖ ਕੇ ਅਸੀਂ ਵੀ ਫਿਰ ਉੱਦਮ ਕੀਤਾ ਬਾਗ ਲਵਾਇਆ ਸੱਚੇ ਪਾਤਸ਼ਾਹ ਹਾਂਜੀ ਚਾਹੋਂ ਦਿਸ਼ ਦੁਰਬਾ ਹਰਤ ਖੜੀ ਹੈ ਮਹਾਰਾਜ ਚਾਰੇ ਪਾਸੇ ਐ ਵਧੀਆ ਘਾਹ ਉਹ ਲਵਾਇਆ ਸੱਚੇ ਪਾਤਸ਼ਾਹ ਹਾਂਜੀ ਹੇਰਤ ਮਨ ਕੋ ਹਰਕ ਖਰੀ ਹੈ ਬਾਗ ਬਹੁਤ ਸੋਹਣਾ ਤੇ ਜਦੋਂ ਦਾ ਬਾਗ ਲਾਇਆ ਅਸੀਂ ਉਦੋਂ ਦਾ ਹੀ ਮਨਸਾ ਤੁਹਾਡੀ ਰੱਖੀ ਹੈ ਤੇ ਉਸ ਬਾਗ ਨੂੰ ਸਾਰੇ ਗੁਰੂ ਕਾ ਬਾਗ ਹੀ ਕਹਿੰਦੇ ਨੇ ਮਹਾਰਾਜ ਬਾਗ ਨੂੰ ਗੁਰੂ ਕਾ ਬਾਗ ਕਹਿੰਦੇ ਆ ਵੇਖ ਲਓ ਜੇ ਗੁਰੂ ਸਾਹਿਬ ਨੇ ਚਰਨ ਨਹੀਂ ਪਾਏ ਜੀ ਪਰ ਉਹਨਾਂ ਦੀ ਮਨ ਦੀ ਭਾਵਨਾ ਹੀ ਵੀ ਇਹ ਬਾਗ ਗੁਰੂ ਜੀ ਦਾ ਜੀ ਹਾਂਜੀ ਸੱਚੇ ਪਾਤਸ਼ਾਹ ਉਸ ਬਾਗ ਨੂੰ ਆਪਾਂ ਗੁਰੂ ਕਾ ਬਾਗ ਕਹਿੰਦੇ ਹਾਂ ਤੇ ਬਹੁਤ ਸੋਹਣਾ ਬਾਗ ਹੈ ਮਹਾਰਾਜ ਹਾਂਜੀ ਬਰਨ ਬਰਨ ਕੀ ਬੜ ਫੁੱਲਵਾਰੀ ਹਾਂਜੀ ਬਾਰ ਬਾਰ ਪਾਏ ਕਰ ਪਾਰੀ ਸੱਚੇ ਪਾਤਸ਼ਾਹ ਬੜੇ ਕੀਮਤੀ ਤੇ ਬੜੇ ਬੜੇ ਵਧੀਆ ਫੁੱਲ ਉਹਦੇ ਵਿੱਚ ਲਵਾਏ ਨੇ ਬਹੁਤ ਵਧੀਆ ਪਾਣੀ ਨਾਲ ਸਿੰਜ ਸਿੰਜ ਕੇ ਬੜੀ ਮਿਹਨਤ ਕਰਕੇ ਗੁਰੂ ਕੇ ਸਿੱਖਾਂ ਨੇ ਤੁਹਾਡੇ ਆਉਣ ਵਾਸਤੇ ਬਾਗ ਲਵਾਇਆ ਜੀ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਇੱਕ ਇੱਧਰ ਵੀ ਬਾਗ ਹੈਗਾ ਜੀ ਆਪਣੇ ਥੋੜ੍ਹੀ ਜਿਹੀ ਅੱਗੇ ਜਾ ਕੇ ਜੀ ਹੁਣ ਤੇ ਗੁਰੂ ਮਿਹਰ ਕਰੇ ਉਹ ਜਿਹੜੇ ਉਰੋਂ ਬਾਗ ਸੀਗੇ ਹੁਣ ਉਹ ਬਾਗ ਲੱਭਦੇ ਹੀ ਨਹੀਂ ਕਿਤੇ ਜੀ ਬੜੇ ਘੱਟ ਜੀ ਉਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਵੀ ਉਸ ਬਾਗ ਵਿੱਚ ਗਏ ਸੀ ਅਤੇ ਗੁਰੂ ਅਰਜਨ ਸਾਹਿਬ ਵੀ ਅਤੇ ਮਹਾਰਾਜ ਨੇ ਆਖਿਆ ਵੀ ਜਿਹੜਾ ਆਖੂ ਗੁਰੂ ਕਾ ਬਾਗ ਉਹਨੂੰ ਲੱਗਣ ਦੂਣੇ ਬਾਗ ਆਖਿਆ ਹੀ ਨਾ ਜੀ ਇੱਧਰ ਤੁਹਾਡੇ ਵਿੱਚੋਂ ਕੀਤੇ ਹੋਣੇ ਸੰਗਤ ਨੇ ਦਰਸ਼ਨ ਜੀ ਜਿਹੜਾ ਆਖੂ ਗੁਰੂ ਕਾ ਬਾਗ ਉਹਨੂੰ ਲੱਗਣ ਦੂਣੇ ਬਾਗ ਗੱਜ ਕੇ ਆਖੋ ਗੁਰੂ ਕਾ ਬਾਗ ਹਾਂਜੀ ਵੇਖੋ ਮਹਾਰਾਜ ਨੇ ਆਖਿਆ ਸੀ ਜੀ ਹੁਣ ਨਹੀਂ ਉੱਥੇ ਬਹੁਤ ਘੱਟ ਬਾਗ ਮਿਲਦੇ ਜੀ ਇੱਕ ਬਾਗ ਗੁਰੂ ਹਰਗੋਬਿੰਦ ਸਾਹਿਬ ਨੇ ਲਵਾਇਆ ਸੀ ਬਾਬਾ ਗੁਰਦਿੱਤਾ ਜੀ ਨੇ ਕੀਰਤਪੁਰ ਸਾਹਿਬ ਵਿੱਚ ਜਿਸ ਬਾਗ ਵਿੱਚ ਤੁਰਦਿਆਂ ਤੁਰਦਿਆਂ ਮਹਾਰਾਜ ਗੁਰੂ ਹਰ ਰਾਏ ਸਾਹਿਬ ਦਾ ਪੱਲਾ ਲੱਗ ਗਿਆ ਸੀ ਅਤੇ ਫੁੱਲ ਟੁੱਟ ਗਿਆ ਸੀਗਾ ਜੀ ਮਿਹਰ ਕਰਨ ਜੀ ਸੱਚੇ ਪਾਤਸ਼ਾਹ ਅਸੀਂ ਉਸ ਬਾਗ ਨੂੰ ਵੇਖ ਕੇ ਆਏ ਦਰਸ਼ਨ ਕਰਕੇ ਆਏ ਜੀ
ਜਿਸ ਹਿਸਾਬ ਨਾਲ ਉਸ ਬਾਗ ਦੀ ਸੇਵਾ ਹੋਣੀ ਚਾਹੀਦੀ ਉਹੋ ਜਿਹੀ ਸੇਵਾ ਨਹੀਂ ਰੱਖੀ ਦੀ ਇਹਨਾਂ ਨੇ ਜੀ। ਹਾਂਜੀ ਉਹ ਆਮ ਬਾਗ ਪਾਰਕਾਂ ਵੀ ਸੋਹਣੀਆਂ ਜੀ ਉਹਦੇ ਤੋਂ ਜੀ, ਹੈ ਤਾਂ ਉਹਦੀ ਮਿੱਟੀ ਵੀ ਪਵਿੱਤਰ ਹੈ ਜੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਚਰਨ ਪਾਏ ਜੀ। ਪਰ ਕੀ ਜੀ, ਗੁਰੂ ਸਾਹਿਬ ਮਹਾਰਾਜ ਦੀਆਂ ਇਤਿਹਾਸਕ ਅਸਥਾਨ ਸਾਡੇ ਬੰਦਿਆਂ ਨੂੰ ਸਾਂਭਣ ਦਾ ਵੱਲ ਤਰੀਕਾ ਨਹੀਂ ਹੈਗਾ ਜੀ। ਹੁਣ ਸੁਣੋ ਮਹਾਰਾਜ, ਆਪਾਂ ਬਾਗ ਲਵਾਇਆ ਤੇ ਬਾਗ ਦਾ ਨਾਮ ਗੁਰੂ ਕਾ ਬਾਗ ਰੱਖਤਾ, ਤੁਹਾਡੇ ਵਾਸਤੇ ਬਾਗ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ। ਹਾਂਜੀ ਬੀਚ ਸਥੰਡਲ ਚਾਰ ਚਕੋਨਾ, ਬਾਗ ਦੇ ਵਿਚਕਾਰ ਇੱਕ ਮਹਾਰਾਜ ਸੱਚੇ ਪਾਤਸ਼ਾਹ ਚਾਰ ਕੋਨਾ ਚਾਰ ਨੁਕਰਾਂ ਵਾਲਾ ਥੜਾ ਬਣਾਇਆ ਬੜਾ ਵੱਡਾ ਜੀ। ਹਾਂਜੀ ਸਫਲ ਆਉਣ ਤਰ ਬਰਨੇ ਕੋਨਾ, ਤੇ ਬਾਕੀ ਬਾਗ ਦੇ ਵਿਚਕਾਰ ਬਹਿ ਕੇ ਤੁਸੀਂ ਵੇਖੋਗੇ ਇੱਕ ਬੰਨੇ ਫਾਲੀ ਫਲ ਇੱਕ ਬੰਨੇ ਫੋਲੀ ਫੁੱਲ, ਬੜਾ ਸੋਹਣਾ ਬਾਗ ਲਵਾਇਆ ਸੱਚੇ ਪਾਤਸ਼ਾਹ। ਹਾਂਜੀ ਆਪ ਚਰਨ ਤਿਸ ਥਲ ਚੱਲ ਪਾਵੋ, ਤੇ ਮਹਾਰਾਜ ਸਾਡੇ ਸਾਰੇ ਪਿੰਡ ਵਾਲਿਆਂ ਦੀ ਬੇਨਤੀ ਹੈ ਆਪ ਜੀ ਚੱਲ ਕੇ ਉਸ ਬਾਗ ਵਿੱਚ ਚਰਨ ਪਾਓ ਮਹਾਰਾਜ। ਹਾਂਜੀ ਸਫਲ ਬਾਗ ਕੋ ਸਫਲ ਬਣਾਵੋ, ਤੇ ਬਾਗ ਤੇ ਤਾਂ ਸਫਲ ਹੋਏਗਾ ਨਾ ਜਦੋਂ ਤੁਸੀਂ ਚਰਨ ਪਾਓਗੇ, ਨਹੀਂ ਤੇ ਸਾਡੀ ਮਿਹਨਤ ਸਫਲ ਹੀ ਨਹੀਂ ਹੈਗੀ। ਬੰਦਾ ਮਿਹਨਤ ਕਰੀ ਜਾਏ ਜੀ, ਮਿਹਨਤ ਸਫਲੀ ਉਸੇ ਦਿਨ ਹੋਣੀ ਜਦੋਂ ਗੁਰੂ ਜੀ ਦੀ ਦ੍ਰਿਸ਼ਟੀ ਪੈ ਗਈ ਜੀ। ਮਹਾਰਾਜ ਕਿਰਪਾ ਕਰੋ ਤੇ ਬਾਗ ਤੇ ਦ੍ਰਿਸ਼ਟੀ ਪਾਓ। ਹਾਂਜੀ ਇਮ ਦਾਸਨ ਕੀ ਬਿਨਤੀ ਸੁਣਕੇ, ਹਾਂਜੀ ਸਭ ਸੰਗਤ ਕੀ ਪ੍ਰੀਤੀ ਗੁਣਕੇ। ਮਹਾਰਾਜ ਕਹਿੰਦੇ ਕਿੱਥੇ ਕਲਵਾਇਆ ਬਾਗ, ਮਹਾਰਾਜ ਉਹ ਪਿੰਡ ਵਾਲੇ ਬਾਹਰ ਵਾਲੇ ਪਾਸੇ ਲੱਗਾ। ਮਹਾਰਾਜ ਨੇ ਸਾਰਿਆਂ ਦੀ ਬੇਨਤੀ ਸੁਣੀ, ਜ਼ੀਨ ਪਵਾਇਓ ਰੁਚਿਤ ਤੁਰੰਗ। ਫਿਰ ਗੁਰੂ ਸਾਹਿਬ ਵੇਖੋ, ਚਾਚੇ ਫੱਗੋ ਨੇ ਜਿਹੜਾ ਘਰ ਬਣਾਇਆ ਸੀ ਨਾ, ਇਸ ਤਰੀਕੇ ਦਾ ਘਰ ਬਣਾਇਆ ਸੀ ਵੀ ਘਰ ਵਿੱਚ ਘੋੜੇ ਸਮੇਤ ਆਉਣ ਤੇ ਘਰੋਂ ਬਾਹਰ ਜਾ ਕੇ ਘੋੜੇ ਤੇ ਨਾ ਬਹਿਣਾ ਪਵੇ, ਜਦੋਂ ਮਾਲਕ ਘਰੋਂ ਬਾਹਰ ਜਾਣ ਤੇ ਘੋੜੇ ਤੇ ਬਹਿ ਕੇ ਹੀ ਬਾਹਰ ਜਾਣ ਦੀ। ਹੁਣ ਮਹਾਰਾਜ ਵਿਹੜੇ ਵਿੱਚ ਸੀਗੇ, ਮਹਾਰਾਜ ਵਿਹੜੇ 'ਚ ਹੀ ਸਿੱਖਾਂ ਨੂੰ ਕਹਿਣ ਲੱਗੇ ਲਿਆਓ ਘੋੜਾ ਵੀ। ਘੋੜਾ ਲਿਆ ਕੇ ਆਏ ਜੀ, ਉੱਤੇ ਕਾਠੀ ਪਵਾਈ ਗੁਰੂ ਸਾਹਿਬ ਨੇ। ਹਾਂਜੀ ਭਏ ਤਿਆਰ ਨਿਜ ਸਿੱਖਨ ਸੰਗ, ਤੇ ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਨੂੰ ਕਹਿਣ ਲੱਗੇ ਵੀ ਚਲੋ ਬਾਗ ਵਿੱਚ ਜਾਣਾ ਕਹਿਣ ਲੱਗੇ। ਹਾਂਜੀ ਹਾਏ ਅਰੂੜ ਤੇ ਦਿਸ਼ਕੋ ਚੱਲੇ, ਤੇ ਸੱਚੇ ਪਾਤਸ਼ਾਹ ਵਿਹੜੇ ਵਿੱਚ ਖਲੋਤੇ ਘੋੜੇ ਉੱਤੇ ਜਾ ਕੇ ਮਹਾਰਾਜ ਬੈਠੇ ਜੀ। ਫਿਰ ਜੀ ਚਾਚੇ ਫੱਗੋ ਦੀ ਬੜੀ ਭਾਵਨਾ ਹੁੰਦੀ ਸੀ ਵੀ ਬੈਠਿਆ ਹੀ ਅੰਦਰ ਜਾਣ ਤੇ ਬੈਠੇ ਹੀ ਬਾਹਰ ਨੂੰ ਆਉਣ ਜੀ। ਹਾਂਜੀ ਮਹਾਰਾਜ ਸੱਚੇ ਪਾਤਸ਼ਾਹ ਘੋੜੇ ਤੇ ਬੈਠੇ ਸੰਗਤਾਂ ਨਾਲ, ਤੇ ਚਾਚਾ ਫੱਗੋ ਜੀ ਦੇ ਘਰੋਂ ਹੁਣ ਬਾਗ ਵਾਲੇ ਪਾਸੇ ਗੁਰੂ ਜੀ ਚੱਲੇ ਨੇ ਜੀ। ਹਾਂਜੀ ਆਗੇ ਕਰ ਹੈ ਕੀਰਤਨ ਭਲੇ, ਤੇ ਗੱਜ ਕੇ ਆਖੋ ਵਾਹਿਗੁਰੂ ਨਾ, ਗੱਜ ਕੇ ਆਖਣਾ ਜੀ। ਸੰਗਤ ਬੜੀ ਸਿਆਣੀ ਜੀ, ਮਹਾਰਾਜ ਸੱਚੇ ਪਾਤਸ਼ਾਹ ਚੱਲੇ ਤੇ ਗੁਰੂ ਕੀ ਸੰਗਤ ਨਾ ਜੀ ਨਾਲ ਨਾਲ ਕੀਰਤਨ ਕਰਨ ਲੱਗ ਪਈ ਜੀ। ਮਹਾਰਾਜ ਦੇ ਨਾਲ ਨਾਲ ਮਹਾਰਾਜ ਕਹਿੰਦੇ ਜੇ ਬਾਣੀ ਪੜ੍ਹਨੀ ਤੇ ਅੱਗੇ ਲੱਗੋ ਸਾਡੇ ਤੋਂ, ਕਹਿਣ ਲੱਗੇ ਬਾਣੀ ਵਾਲੇ ਅੱਗੇ ਚੱਲੋ ਭਾਈ। ਤੇ ਹੁਣ ਗੁਰੂ ਸਾਹਿਬ ਸੱਚੇ ਪਾਤਸ਼ਾਹ ਪਿੱਛੇ ਪਿੱਛੇ ਆ ਰਹੇ ਜੀ, ਅੱਗੇ ਅੱਗੇ ਗੁਰੂ ਕੇ ਸਿੱਖ ਬਾਣੀ ਪੜ੍ਹਦੇ ਹੋਏ ਜਾ ਰਹੇ ਜੀ। ਸਭ ਨੂੰ ਦੱਸਣ ਦੇ ਭਾਈ ਬਾਗ ਚ ਇਕੱਠੇ ਹੋਵੋ, ਗੁਰੂ ਸਾਹਿਬ ਬਾਗ ਵਿੱਚ ਆਉਣ ਲੱਗੇ ਜੀ। ਹਾਂਜੀ ਸੰਗਤ ਬ੍ਰਿੰਦ ਭਜਨ ਕੋ ਕਰਤੇ, ਸਾਰੀਆਂ ਸੰਗਤਾਂ ਭਜਨ ਕਰਨ ਦਈਆਂ ਜੀ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਜਾ ਰਹੀਆਂ ਬਾਗ ਵਿੱਚ ਜੀ। ਕਿੱਡੇ ਭਾਗਾਂ ਵਾਲੇ ਹੋਣਗੇ ਜੀ ਜਿਹੜੇ ਉਸ ਸਮੇਂ ਦਰਸ਼ਨ ਕਰਦੇ ਹੋਣਗੇ, ਤੇ ਮਾਫ ਕਰਿਓ ਭਾਗਾਂ ਵਾਲੇ ਤੁਸੀਂ ਵੀ ਬਹੁਤ ਹੋ ਜੀ। ਕਿਉਂ ਭਾਈ ਸੰਤੋਖ ਸਿੰਘ ਜੀ ਨੇ ਕਥਾ ਹੀ ਇਸ ਤਰ੍ਹਾਂ ਦੀ ਲਿਖੀ ਜੀ, ਜਦੋਂ ਬੰਦਾ ਸੁਣਦਾ ਉਹਨੂੰ ਨਾਲ ਨਾਲ ਦਰਸ਼ਨ ਹੀ ਹੋਈ ਜਾਂਦੇ ਜੀ ਸਾਰੇ ਜੀ। ਮਹਾਰਾਜ ਸੱਚੇ ਪਾਤਸ਼ਾਹ ਜਾ ਰਹੇ, ਕੋਈ ਕੀਰਤਨ ਕਰਨ ਦਿਆ, ਕੋਈ ਸਤਨਾਮ ਵਾਹਿਗੁਰੂ ਜਪ ਰਿਹਾ ਜੀ। ਹਾਂਜੀ ਗਮਨਤ ਗੁਰ ਕੋ ਦਰਸ ਨਿਹਰਤੇ, ਤੇ ਹੁਣ ਜਾਂਦੇ ਜਾਂਦੇ ਗੁਰੂ ਸਾਹਿਬ ਕਿਹੋ ਜਿਹੇ ਲੱਗਦੇ, ਕਈ ਪਿਆਰ ਨਾਲ ਇਹ ਵੀ ਵੇਖਣ ਦਏ ਜੀ ਵੀ ਮਹਾਰਾਜ ਘੋੜੇ ਤੇ ਜਾ ਰਹੇ ਤੇ ਗੁਰੂ ਸਾਹਿਬ ਕਿਹੋ ਜਿਹੇ ਲੱਗਦੇ ਆ, ਜੇ ਮਹਾਰਾਜ ਆਸਣ ਤੇ ਬੈਠੇ ਤੇ ਮਹਾਰਾਜ ਕਿਹੋ ਜਿਹੇ ਲੱਗਦੇ ਜੀ। ਸੰਗਤ ਬੜੇ ਪਿਆਰ ਨਾਲ ਕਈ ਹੱਥ ਜੋੜ ਕੇ ਨਾ ਜੀ ਮਹਾਰਾਜ ਦੇ ਦਰਸ਼ਨ ਕਰਨ ਦੇ ਆ, ਉਹ ਦੂਰ ਤੱਕ ਮਹਾਰਾਜ ਮੋੜ ਮੁੜੇ ਉੱਥੋਂ ਤੱਕ ਦਰਸ਼ਨ ਹੀ ਕਰਦੇ ਰਹੇ ਗੁਰੂ ਸਾਹਿਬ ਦੇ ਜੀ। ਹਾਂਜੀ
ਪਹੁੰਚੇ ਚੱਲ ਕਰ ਬਾਗ ਮਝਾਰ। ਹੁਣ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਮਹਾਰਾਜ ਬਾਗ ਦੇ ਵਿੱਚ ਗਏ ਜੀ। ਬਾਗ ਦੇ ਬਾਹਰ ਜਾ ਕੇ ਘੋੜਾ ਰਕਾਇਆ, ਘੋੜੇ ਤੋਂ ਉਤਰੇ ਤੇ ਜਿਹੜਾ ਬਾਗ ਚੇਚਾ ਗੁਰੂ ਤੇਗ ਬਹਾਦਰ ਸਾਹਿਬ ਵਾਸਤੇ ਤਿਆਰ ਕੀਤਾ ਉਸ ਬਾਗ ਵਿੱਚ ਚੱਲੇ ਜੀ ਮਹਾਰਾਜ। ਇਤਿਹਾਸ ਵਿੱਚ ਬੜੇ ਬਾਗਾਂ ਵਿੱਚ ਗੁਰੂ ਸਾਹਿਬ ਨੇ ਚਰਨ ਪਾਏ ਜੀ। ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਪਟਨਾ ਸਾਹਿਬ ਸਨ ਮਹਾਰਾਜ ਤੇ ਦਸਵੇਂ ਪਾਤਸ਼ਾਹ ਨੇ ਨਾ ਜੀ ਇੱਕ ਬਾਗ ਵਿੱਚ ਚਰਨ ਪਾਏ ਤੇ ਬਾਗ ਸੁੱਕਿਆ ਪਿਆ ਸੀਗਾ ਜੀ। ਰਹੀਮ ਬਖਸ਼ ਤੇ ਕਰੀਮ ਬਖਸ਼ ਦਾ ਬਾਗ ਸੀਗਾ ਜੀ ਸ਼ਾਇਦ। ਤੇ ਉਹਨਾਂ ਨੂੰ ਕਿਸੇ ਨੇ ਕਿਹਾ ਸੀਗਾ ਵੀ ਬਾਗ ਤੁਹਾਡਾ ਹਰਾ ਭਰਾ ਹੋ ਸਕਦਾ ਜੇ ਗੋਬਿੰਦ ਰਾਏ ਜੀ ਆ ਜਾਣ ਜੀ। ਉਹਨਾਂ ਬੇਨਤੀ ਕੀਤੀ ਤੇ ਦਸਵੇਂ ਪਾਤਸ਼ਾਹ ਨੇ ਜਦੋਂ ਬਾਗ ਵਿੱਚ ਚਰਨ ਪਾਇਆ ਨਾ ਜੀ, ਅਜੇ ਮਹਾਰਾਜ ਉਰੋਂ ਗੁਰਤਾ ਗੱਦੀ ਤੇ ਨਹੀਂ ਬੈਠੇ ਜੀ, ਗੁਰੂ ਸਾਹਿਬ ਧੁਰੋਂ ਗੁਰੂ ਨੇ ਜੀ। ਮਹਾਰਾਜ ਨੇ ਜਦੋਂ ਬਾਗ ਵਿੱਚ ਪਾਇਆ ਚਰਨ ਤੇ ਮੁੱਦਤਾਂ ਦਾ ਸੁੱਕਿਆ ਬਾਗ ਉਸੇ ਵੇਲੇ ਹੀ ਹਰਾ ਹੋ ਗਿਆ ਜੀ, ਉਸੇ ਵੇਲੇ ਹਰਾ ਜੀ। ਉਹਨੂੰ ਸਮਾਂ ਨਹੀਂ ਲੱਗਾ ਜੀ, ਉਸੇ ਵੇਲੇ ਰੁੱਖਾਂ ਦਾ ਮੁਹਾਰ ਹੀ ਬਦਲ ਗਈ ਜੀ, ਫੁੱਲ ਖਿੜ ਗਏ ਜੀ, ਫਲ ਲੱਗ ਗਏ ਜੀ। ਮਹਾਰਾਜ ਦੇ ਚਰਨਾਂ 'ਚ ਬੜੀ ਤਾਕਤ ਹੈਗੀ ਹੈ ਜੀ। ਹਾਂਜੀ, ਗੁਰੂ ਗੁਰਪ੍ਰਸਾਦ ਕੀ ਹੈ, ਸੂਕੇ ਕਾਸ਼ਟ ਹਰੇ ਹੋ ਜਾਂਦੇ ਜੀ। ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਹੁਣ ਬਾਗ ਵਿੱਚ ਚਰਨ ਰੱਖਿਆ ਜੀ ਆਪਣਾ ਜੀ। ਸੰਗਤਾਂ ਨੇ ਬੜਾ ਚਾਅ ਕੀਤਾ ਜਦੋਂ ਪਹਿਲਾ ਚਰਨ ਗੁਰੂ ਸਾਹਿਬ ਨੇ ਬਾਗ ਵਿੱਚ ਰੱਖਿਆ ਜੀ। ਹਾਂਜੀ, ਚਹੋਂ ਦਿਸ਼ ਮਹਿ ਸਿੱਖ ਜੈ ਜੈਕਾਰ, ਚਾਰੇ ਪਾਸੇ ਗੁਰੂ ਕੀਆਂ ਸੰਗਤਾਂ ਜੈ ਜੈਕਾਰ ਗੁਰੂ ਤੇਗ ਬਹਾਦਰ ਜੀ ਦੀਆਂ ਕਰਨ ਦਈਆਂ। ਤੇ ਤੁਸੀਂ ਵੀ ਸਾਰੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਜਦੋਂ ਮਹਾਰਾਜ ਨੇ ਬਾਗ ਵਿੱਚ ਪਹਿਲਾ ਚਰਨ ਰੱਖਿਆ ਨਾ ਜੀ, ਸੰਗਤ ਨੂੰ ਚਾਅ ਬੜਾ ਚੜਿਆ, ਫੁੱਲਾਂ ਦੀ ਵਰਖਾ ਕੀਤੀ ਜੀ ਗੁਰੂ ਜੀ ਉੱਤੇ ਜੀ, ਤੇ ਮਹਾਰਾਜ ਜੀ ਦੇ ਆਉਣ ਤੇ ਜੈ ਜੈਕਾਰ ਕੀਤੀ ਜੀ। ਹਾਂਜੀ, ਸੁੰਦਰ ਜਹਾਂ ਸਥਾਨ ਬਣਾਇਵ, ਹਾਂਜੀ ਤਹਾਂ ਜਾਏ ਸਤਿਗੁਰ ਉਤਰਾਇਵ। ਬਾਗ ਦੇ ਵਿਚਕਾਰ ਥੜਾ ਬਣਾਇਆ ਸੀ ਗੁਰੂ ਸਾਹਿਬ ਵਾਸਤੇ ਜੀ। ਹਾਂਜੀ, ਸੁੰਦਰ ਆਨ ਪ੍ਰਿਅੰਕ ਡਸਾਏ, ਉਸ ਥੜੇ ਤੇ ਵੱਡਾ ਪਲੰਘਾ ਡਾਇਆ ਜੀ ਇੱਕ ਜੀ। ਹਾਂਜੀ, ਚਹੋਂ ਦਿਸ਼ ਫਰਸ਼ ਅਪਰ ਕਰਾਇਵ, ਆਸੇ ਪਾਸੇ ਬਾਗ ਵਿੱਚ ਦਰੀਆਂ ਵਿਛਾਈਆਂ, ਜਿੱਥੇ ਜਿੱਥੇ ਕੱਪੜੇ ਵਿਛਾਉਣ ਦੀ ਲੋੜ ਸੀ ਕੱਪੜੇ ਵਿਛਾਏ, ਕਈਆਂ ਨੂੰ ਘਾਹ ਤੇ ਬਹਿਣ ਦਾ ਹੀ ਮੌਕਾ ਮਿਲ ਗਿਆ ਜੀ। ਹਾਂਜੀ, ਭਜਨ ਆਨੰਦ ਕਰਤ ਤਹਿ ਬੈਸੇ, ਹਾਂਜੀ ਰਘੁਨੰਦਨ ਮੁਨ ਗਨ ਮਹਿ ਜੈ ਤੇ। ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਸ ਸਮੇਂ ਫਿਰ ਬਾਗ ਵਿੱਚ ਮੰਜਾ ਜਿਹੜਾ ਗੁਰੂ ਸਾਹਿਬ ਵਾਸਤੇ ਡਾਇਆ ਸੀ ਉਹਦੇ ਤੇ ਬੈਠੇ ਜੀ। ਤੇ ਗੁਰੂ ਕੇ ਸਿੱਖ ਫਿਰ ਭਜਨ ਕੀਰਤਨ ਵਿੱਚ ਲੱਗ ਗਏ ਜੀ। ਉੱਥੇ ਬਹਿ ਕੇ ਦੂਜੀਆਂ ਗੱਲਾਂ ਨਹੀਂ ਸ਼ੁਰੂ ਹੋ ਗਈਆਂ, ਉੱਥੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰ ਦਿੱਤਾ ਜੀ ਸਾਰਿਆਂ ਨੇ। ਹਾਂਜੀ, ਮਾਲੀ ਫੂਲਨ ਮਾਲ ਵਿਸਾਲ, ਹਾਂਜੀ ਅਪਰ ਪੁਸ਼ਪ ਬਹੁ ਰੰਗਨ ਜਾਲ। ਤੇ ਜਿਹੜਾ ਮਾਲੀ ਸੀ ਉਹਨੇ ਬਹੁਤ ਸੋਹਣਾ ਫੁੱਲਾਂ ਦਾ ਸਿਹਰਾ ਤਿਆਰ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗਲ ਵਿੱਚ ਪਾਇਆ ਜੀ। ਹਾਂਜੀ, ਫਲ ਮਧੁਰੇ ਅਰ ਤੁਰਸ਼ ਅਨੇਕ, ਮਹਾਰਾਜ ਬੈਠੇ ਤੇ ਗੁਰੂ ਸਾਹਿਬ ਫਿਰ ਸਿੱਖਾਂ ਨੂੰ ਕਹਿਣ ਲੱਗੇ ਜੀ, ਪਤਾ ਕੀ ਜੀ? ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਆ ਹੁਣ ਫਲ ਇੰਨੇ ਲਾਏ ਤੇ ਸਾਨੂੰ ਫਲ ਵੀ ਛਕਾਓ ਫਿਰ ਜੀ। ਗੁਰੂ ਕੇ ਸਿੱਖਾਂ ਨੇ ਨਾ ਜੀ ਆ ਬੱਚੇ ਨੂੰ ਜਾਂ ਤੇ ਬਾਹਰ ਲੈ ਜਾਓ ਜਾਂ ਤਰਲੋਚਨ ਸਿੰਘ ਨੂੰ ਪਰਾਂ ਕਰ ਦਿਓ ਜੀ, ਇਹ ਮੇਰੀ ਸੁਰਤ ਖਰਾਬ ਕਰਨ ਦੇ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿੰਦੇ ਸਾਨੂੰ ਫਲ ਤੇ ਤੋੜ ਕੇ ਛਕਾਓ, ਕਹਿਣ ਲੱਗੇ ਫਿਰ ਫਲ ਤੋੜ ਕੇ ਛਕਾਏ ਜੀ। ਹਾਂਜੀ, ਕਿੰਨੇ ਅਰਪਣ ਜਲਦ ਬਿਵੇਕ, ਤੇ ਬੜੇ ਪਿਆਰ ਨਾਲ ਗੁਰੂ ਸਾਹਿਬ ਦੇ ਅੱਗੇ ਫਲਾਂ ਦੇ ਟੋਕਰੇ ਭਰ ਕੇ ਰੱਖ ਦਿੱਤੇ ਜੀ। ਹੁਣ ਸਾਰਿਆਂ ਦੇ ਮਨ 'ਚ ਇੱਕੋ ਹੀ ਚਾਅ ਜੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਸਾਨੂੰ ਗੁਰੂ ਸਾਹਿਬ ਦੇ ਹੱਥੋਂ ਫਲ ਮਿਲ ਜੇ ਜੀ। ਹੁਣ ਵੇਖੋ ਨਾ ਜੀ, ਬਾਗ ਵੀ ਤਾਂ ਉਹਨਾਂ ਲਵਾਇਆ ਸੀ ਨਾ ਜੀ, ਅੱਜ ਕੇ ਆਖ ਵਾਹਿਗੁਰੂ। ਟੋਕਰੀਆਂ ਭਰ ਕੇ ਰੱਖਤੀਆਂ ਜੀ ਫਲਾਂ ਦੀਆਂ, ਮਹਾਰਾਜ ਸਾਰੀਆਂ ਹੀ ਹਾਜ਼ਰ ਨੇ। ਸੰਗਤਾਂ ਦੇ ਮਨ ਵਿੱਚ ਫੁਰਨਾ ਬਣ ਗਿਆ ਵੀ ਕਿਤੇ ਗੁਰੂ ਸਾਹਿਬ ਕਿਰਪਾ ਕਰ ਦੇਣ ਤੇ ਗੁਰੂ ਸਾਹਿਬ ਦੇ ਹੱਥੋਂ ਸਾਨੂੰ ਫਲ ਮਿਲੇ ਜੀ। ਮਹਾਰਾਜ ਨੇ ਉਸੇ ਵੇਲੇ ਫੁਰਨਾ ਪੜ੍ਹ ਲਿਆ ਜੀ ਸਾਰਿਆਂ ਦਾ। ਆਪਣੇ ਹੱਥੀਂ ਗੁਰੂ ਸਾਹਿਬ ਨੇ ਬਾਗ ਵਿੱਚ ਬੈਠ ਕੇ ਨਾ ਸਾਰਿਆਂ ਨੂੰ ਫਲ ਦਿੱਤਾ।
ਟੋਕਰੀਆਂ ਚੋਂ ਫਲ ਮੁੱਕਣ ਤੇ ਹੀ ਨਾ ਆਉਣ ਜੀ। ਸੰਗਤ ਤੇ ਬਹੁਤ ਸੀਗੀ ਪਰ ਟੋਕਰੀਆਂ ਚੋਂ ਫਲ ਨਾ ਮੁੱਕਣ ਤੇ ਆਉਣ, ਫਲ ਫਿਰ ਵੱਧ ਗਏ ਜੀ। ਸਾਰਿਆਂ ਨੂੰ ਗੁਰੂ ਸਾਹਿਬ ਨੇ ਫਲ ਦਿੱਤੇ ਜੀ। ਹਾਂਜੀ, ਬਹੁਤ ਭਾਂਤ ਕੇ ਵਿਪਟ ਦਿਖਾਏ, ਹਾਂਜੀ, ਸ਼੍ਰੀ ਸਤਿਗੁਰ ਹਿੱਤ ਜੋ ਲਗਵਾਏ। ਤੇ ਵੇਖੋ ਉਹਨਾਂ ਤੇ ਜਿਵੇਂ ਪੂਰੀ ਤਿਆਰੀ ਕੀਤੀ ਹੋਏ ਵੀ ਗੁਰੂ ਸਾਹਿਬ ਨੇ ਸਦਾ ਹੀ ਸਾਡੇ ਕੋਲ ਇਸ ਬਾਗ ਚ ਰਹਿਣਾ ਜੀ। ਮਹਾਰਾਜ ਇਹ ਸਪੈਸ਼ਲ ਵਧੀਆ ਕਿਸਮ ਦਾ ਅੰਬਾਂ ਦਾ ਰੁੱਖ ਹੈ ਮਹਾਰਾਜ, ਇਹ ਆੜੂ ਦਾ, ਇਹ ਸਾਰੇ ਆਪ ਜੀ ਵਾਸਤੇ ਲਵਾਏ ਗੁਰੂ ਸਾਹਿਬ ਜੀ। ਹਾਂਜੀ, ਨਹਿਰ ਨੀਰ ਕੀ ਬਹੁਤ ਚਲਾਈ, ਇੱਕ ਬੰਨੇ ਬਹੁਤ ਸੋਹਣਾ ਪਾਣੀ ਦਾ ਚਸ਼ਮਾ ਬਣਾਇਆ ਸੀਗਾ। ਹਾਂਜੀ, ਚਹੋਂ ਦਿਸ਼ ਮੈਂ ਦਰਬਾ ਸ਼ਿਰਕਾਈ, ਹਾਂਜੀ, ਬੇਲਨ ਕੇ ਵਿਸਤਾਰ ਵਡੇਰੇ। ਹੁਣ ਮਹਾਰਾਜ ਤੁਰ ਕੇ ਵੇਖਣ ਦੇ ਜੀ ਸਾਰਾ ਕੁਝ, ਬਾਗ ਦੇ ਮਾਲੀ ਨੇ ਵਿਖਾਇਆ, ਵੇਲਾਂ ਬੜੀਆਂ ਬੜੀਆਂ ਵੱਡੀਆਂ ਸੀਗੀਆਂ ਜੀ। ਹਾਂਜੀ, ਸੰਗਤ ਸਹਿਤ ਗੁਰੂ ਸਭ ਹੈ, ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨਾਲ ਨਾਲ ਤੁਰਦੇ ਜਾਣ ਜੀ ਤੇ ਸਾਰਾ ਕੁਝ ਵੇਖਦੇ ਜਾਣ ਜੀ। ਹਾਂਜੀ, ਸਗਰੇ ਦਿਵਸ ਬਸੇ ਦਿਸ ਬਾਗ, ਸਾਰਾ ਦਿਨ ਗੁਰੂ ਸਾਹਿਬ ਉਸ ਬਾਗ ਵਿੱਚ ਰਹੇ ਜੀ। ਸਾਰਾ ਦਿਨ ਨਾ ਮਹਾਰਾਜ ਉਸ ਬਾਗ ਵਿੱਚ ਰਹੇ ਜੀ। ਹਾਂਜੀ, ਹੇਰ ਹੇਰ ਸੰਗਤ ਅਨੁਰਾਗ, ਸੰਗਤ ਜਿਉਂ ਜਿਉਂ ਮਹਾਰਾਜ ਨੂੰ ਬਾਗ ਵਿੱਚ ਬੈਠਿਆਂ ਵੇਖੇ ਤਿਉਂ ਤਿਉਂ ਉਹਨਾਂ ਦਾ ਪਿਆਰ ਹੋਰ ਵਧੇ ਜੀ। ਕੁਦਰਤੀ ਗੱਲ ਹੈ ਜੀ, ਇਹ ਕੁਦਰਤ ਦਾ ਜਿਹੜਾ ਦ੍ਰਿਸ਼ ਹੈ ਨਾ ਜੀ, ਇਹ ਬੰਦੇ ਨੂੰ ਖਿੱਚ ਪਾਉਂਦਾ ਜੀ। ਹਾਂਜੀ, ਬਲਿਹਾਰੀ ਕੁਦਰਤ ਵਸਿਆ, ਜਿਹੜੇ ਬਾਗ ਹੋਣ, ਬਾਗਾਂ 'ਚ ਜਾ ਕੇ ਬੈਠੋ, ਪਹਾੜੀ ਇਲਾਕੇ ਵਿੱਚ ਜਾ ਕੇ ਬੈਠੋ, ਬੰਦੇ ਦਾ ਭਜਨ ਵਿੱਚ ਵੀ ਮਨ ਲੱਗੇਗਾ ਜੀ, ਬੜਾ ਅਸਰ ਪੈਂਦਾ ਜੀ। ਹਾਂਜੀ, ਅਤੇ ਉਹ ਹੁਣ ਬਾਗ ਸੀਗਾ ਜੀ ਬੜਾ ਸੋਹਣਾ, ਉੱਤੋਂ ਬਾਗ ਦੇ ਮਾਲਕ ਆ ਕੇ ਵਿੱਚ ਬੈਠੇ ਜੀ ਗੁਰੂ ਤੇਗ ਬਹਾਦਰ ਸਾਹਿਬ। ਹਾਂਜੀ, ਵੇਖਣ ਵਾਲਿਆਂ ਨੂੰ ਬਹੁਤ ਪ੍ਰਾਪਤੀ ਹੋਈ ਦਰਸ਼ਨ ਕਰ ਕਰਕੇ ਜੀ। ਹਾਂਜੀ, ਕਰੀ ਭਾਵਨਾ ਪੂਰਨ ਨੀਕੇ, ਹਾਂਜੀ, ਧਰਤ ਜੋ ਰਹੇ ਮਨੋਰਥ ਜੀ ਕੇ, ਜਿਹੜਾ ਜਿਹੜਾ ਜੋ ਜੋ ਭਾਵਨਾ ਰੱਖ ਕੇ ਬੈਠਾ ਸੀ ਨਾ, ਕੋਈ ਘਰ ਬਣਾ ਕੇ ਰੱਖ ਕੇ ਬੈਠਾ ਸੀ ਗੁਰੂ ਸਾਹਿਬ ਇਸ ਤਰ੍ਹਾਂ ਆਉਣ, ਮਹਾਰਾਜ ਨੇ ਉਹਨਾਂ ਦੀ ਭਾਵਨਾ ਪੂਰੀ ਕਰਤੀ। ਜਿਹੜੇ ਬਾਗ ਬਣਾ ਕੇ ਬੈਠੇ, ਗੁਰੂ ਸਾਹਿਬ ਨੇ ਬਾਗ ਵਾਲਿਆਂ ਦੀ ਭਾਵਨਾ ਪੂਰੀ ਕਰਤੀ ਜੀ। ਹਾਂਜੀ, ਇਤ ਉਤ ਨਿਜ ਦ੍ਰਿਸ਼ਟੀ ਕੋ ਪ੍ਰੇਰਿਤ, ਹਾਂਜੀ, ਰਚਨਾ ਉਪਬਨ ਕੀ ਸਭ ਹੇਰਤ। ਤੇ ਸੱਚੇ ਪਾਤਸ਼ਾਹ ਮਹਾਰਾਜ ਹੁਣ ਨਾ ਜੀ ਬਾਗ ਦੀ ਤਾਰੀਫ ਕਰਦੇ ਜੀ, ਤਾਂ ਕਿ ਸਿੱਖ ਵੀ ਖੁਸ਼ ਹੋ ਜਾਣ ਜਿਹਨਾਂ ਮਿਹਨਤ ਕੀਤੀ ਬਾਗ ਵਾਸਤੇ। ਮਹਾਰਾਜ ਕਹਿੰਦੇ ਬਹੁਤ ਸੋਹਣਾ ਬਾਗ ਲਾਇਆ ਭਾਈ। ਹਾਂਜੀ, ਜਾਨ ਪ੍ਰੇਮ ਸਿੱਖਣ ਕੋ ਜਾਲ, ਭਨਿਓ ਬਚਨ ਤੁਮ ਭਏ ਨਿਹਾਲ, ਗੱਜ ਕੇ ਆਖੋ ਵਾਹਿਗੁਰੂ। ਅਖੀਰ ਫਿਰ ਗੁਰੂ ਸਾਹਿਬ ਨੇ ਆਖਿਆ, ਮਹਾਰਾਜ ਕਹਿੰਦੇ ਤੁਸੀਂ ਸਾਡੀ ਖੁਸ਼ੀ ਵਾਸਤੇ ਸਾਰਾ ਕੁਝ ਕੀਤਾ, ਜਾਓ ਗੁਰੂ ਨਾਨਕ ਸਾਹਿਬ ਦੀ ਖੁਸ਼ੀ ਸਦਾ ਹੀ ਤੁਹਾਡੇ ਤੇ ਬਣੀ ਰਹੇਗੀ। ਕਹਿਣ ਲੱਗੇ ਤੁਸੀਂ ਸਾਡੀ ਖੁਸ਼ੀ ਵਾਸਤੇ ਸਾਰਾ ਕੁਝ ਕੀਤਾ, ਗੁਰੂ ਨਾਨਕ ਸਾਹਿਬ ਦੀ ਖੁਸ਼ੀ ਤੁਹਾਡੇ ਤੇ ਬਣੀ ਰਹੇਗੀ ਜੀ, ਤੁਸੀਂ ਨਿਹਾਲ ਹੋ। ਕਹਿਣ ਲੱਗੇ ਹਾਂਜੀ, ਸਾਂਝ ਭਾਈ ਲੈ ਸੰਗਤ ਸੰਗ, ਸੰਧਿਆ ਦਾ ਸਮਾਂ ਸੀਗਾ ਜੀ, ਸੰਧਿਆ ਦਾ ਸਮਾਂ, ਸੋਦਰ ਦਾ ਸਮਾਂ ਜਾਣ ਕੇ ਫਿਰ ਗੁਰੂ ਸਾਹਿਬ ਬਾਗ ਚੋਂ ਉੱਠ ਕੇ ਦੀਵਾਨ ਵਾਲੇ ਅਸਥਾਨ ਤੇ ਆਉਣ ਲੱਗੇ ਜੀ। ਹਾਂਜੀ, ਸਤਿਗੁਰ ਭਏ ਅਰੂੜ ਤੁਰੰਗ, ਸ਼ਾਮ ਦਾ ਸਮਾਂ, ਧੰਨ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਫਿਰ ਘੋੜੇ ਤੇ ਚੜ ਗਏ ਮੁੜ ਜੀ। ਹਾਂਜੀ, ਸਨੇ ਸਨੇ ਪੁੰਨ ਪੁਰ ਮਹਿ ਆਏ, ਹੌਲੀ ਹੌਲੀ ਘੋੜਾ ਚਲਾ ਰਹੇ ਗੁਰੂ ਸਾਹਿਬ, ਘੋੜਾ ਵੀ ਪੱਗ ਵਾਲਾ ਹੋਏਗਾ ਜੀ, ਹੌਲੀ ਹੌਲੀ ਚਲਾ ਰਹੇ, ਸੰਗਤਾਂ ਮਹਾਰਾਜ ਦੇ ਦਰਸ਼ਨ ਕਰਨ ਦਈਆਂ, ਹੌਲੀ ਹੌਲੀ ਮਹਾਰਾਜ ਪਿੰਡ ਚੋਂ ਲੰਘਣ ਦੇ। ਜਦੋਂ ਪਹਿਲੇ ਦਿਨ ਆਏ ਬੜੀ ਛੇਤੀ ਛੇਤੀ ਲੰਘ ਗਏ ਸੀਗੇ ਜੀ, ਛੇਤੀ ਛੇਤੀ ਚਾਚੇ ਫੱਗੋ ਦੇ ਘਰ ਚੋਂ ਪਹੁੰਚਣਾ ਸੀ। ਹੁਣ ਮਹਾਰਾਜ ਹੌਲੀ ਹੌਲੀ ਘੋੜਾ ਚਲਾ ਕੇ ਜਾ ਰਹੇ ਜੀ। ਹਾਂਜੀ, ਉਤਸਵ ਕਰਤ ਅਨੇਕ ਮਨ ਭਾਏ, ਸੰਗਤਾਂ ਮਨ ਭਾਉਂਦੇ ਉਤਸਵ ਕਰਨ ਦਈਆਂ, ਖੁਸ਼ੀਆਂ ਮਨਾਉਣ ਦਈਆਂ ਜੀ। ਹਾਂਜੀ, ਧਰਮਸਾਲ ਮਹਿ ਉਤਰੇ ਜਾਏ, ਤੇ ਉਹੋ ਹੀ ਚਾਚਾ ਫੱਗੋ ਜੀ ਦਾ ਘਰ ਜੀ, ਉਹ ਫਿਰ ਪੁਰਨਾ ਇਹੋ ਵੀ ਘੋੜੇ ਤੇ ਚੜੇ ਗੁਰੂ ਸਾਹਿਬ ਐਂਟਰ ਹੋਣ ਜੀ। ਮਹਾਰਾਜ ਫਿਰ ਘੋੜੇ ਤੇ ਚੜੇ ਹੀ ਚਾਚੇ ਫੱਗੋ ਦੇ ਘਰ ਦੁਬਾਰਾ ਗਏ ਜੀ। ਹਾਂਜੀ, ਜੋ ਸਭ ਸੰਗਤ ਕੀਨ ਬਣਾਏ, ਹਾਂਜੀ, ਰੁਚਿਰ ਪ੍ਰਿਅੰਕ ਸੋ ਉਪਰ ਰਾਜੈ, ਹਾਂਜੀ, ਪਿਖ ਪਿਖ ਸਿੱਖ ਕਲ ਮਲ ਭਾਜੈ। ਤੇ ਮਹਾਰਾਜ ਜਾ ਕੇ ਕਮਰੇ ਦੇ ਲਾਗੇ ਘੋੜਾ ਰੋਕਿਆ, ਜਾ ਕੇ ਪਲੰਘੇ ਤੇ ਸੱਜ ਗਏ ਗੁਰੂ ਜੀ, ਤੇ ਰਹਿਰਾ ਸਾਹਿਬ ਦਾ ਸਮਾਂ ਹੋ ਚੁੱਕਾ ਸੀਗਾ ਜੀ। ਹਾਂਜੀ, ਸ਼ਬਦ ਕੀਰਤਨ ਕੀਨ ਵਿਸਾਲਾ, ਤੇ ਗੱਜ ਕੇ ਆਖੋ ਵਾਹਿਗੁਰੂ। ਰਹਿਰਾਸ ਸਾਹਿਬ ਦਾ ਸਮਾਂ ਜਾਣ ਕੇ, ਰਹਿਰਾ ਸਾਹਿਬ ਦੇ ਪਾਠ ਤੋਂ ਬਾਅਦ ਸ਼ਬਦ ਕੀਰਤਨ ਹੋਇਆ ਜੀ। ਵਿਸਾਲਾ, ਵਿਸਾਲਾ ਦਾ ਅਰਥ ਹੈ ਜ਼ਿਆਦਾ ਜੀ,
ਥੋੜਾ ਜਿਹਾ ਨਹੀਂ ਹੋਇਆ ਜੀ, ਜ਼ਿਆਦਾ ਹੋਇਆ ਜੀ। ਹਾਂਜੀ, ਜਾਗਤ ਰਹੇ ਸਿੱਖ ਤਿਸ ਕਾਲਾ, ਤੇ ਗੁਰੂ ਕੇ ਸਿੱਖ ਤੇ ਚਾਹੁੰਦੇ ਹੀ ਵੀ ਕੀਰਤਨ ਮੁੱਕੇ ਹੀ ਨਾ, ਤੇ ਕੀਰਤਨ ਮਹਾਰਾਜ ਸੁਣਾਉਂਦੇ ਹੀ ਰਹਿਣ ਜੀ ਸਾਨੂੰ ਜੀ। ਗੁਰੂ ਸਾਹਿਬ ਦੀ ਹਜ਼ੂਰੀ ਚ ਕੀਰਤਨ ਹੁੰਦਾ ਹੀ ਰਹੇ, ਫਿਰ ਸੰਗਤਾਂ ਜਾਗ ਜਾਗ ਕੇ ਕੀਰਤਨ ਸੁਣਦੀਆਂ ਰਹੀਆਂ। ਜੀਵਨ ਵਾਲੇ ਜਦੋਂ ਕੀਰਤਨ ਕਰਦੇ ਤੇ ਬੜਾ ਵੱਡਾ ਲਾਭ ਹੁੰਦਾ ਜੀ। ਇੱਕ ਗੱਲ ਕਹਿ ਕੇ ਮੈਂ ਖਿਮਾ ਮੰਗਣੀ ਹੈ, ਸਾਵਧਾਨ ਹੋਵੋ ਸਾਰੇ, ਗੱਜ ਕੇ ਆਖੋ ਵਾਹਿਗੁਰੂ। ਇਹ ਚਾਚਾ ਫੱਗੋ ਜੀ ਗੁਰਮੁਖ ਸਿੱਖ ਜੀ। ਇੱਕ ਹੋਰ ਗੁਰਮੁਖ ਪਿਆਰੇ ਹੋਏ, ਉਹਨਾਂ ਦੀ ਕਿਤਾਬ 'ਤੇ ਵੀ ਲਿਖਿਆ, ਗੁਰਮੁਖ ਪਿਆਰੇ ਸੰਤ ਅਤਰ ਸਿੰਘ ਜੀ। ਉਹਨਾਂ ਦਾ ਕੱਲ੍ਹ ਸਿੱਖ ਸੰਗਤਾਂ ਨੇ ਉਹਨਾਂ ਦੇ ਜਨਮ ਨਗਰ ਵਿਖੇ ਉਹਨਾਂ ਦੇ ਜਨਮ ਦਿਨ ਵਾਲਾ ਜਨਮ ਵਾਲਾ ਦਿਨ ਮਨਾਇਆ ਜੀ। ਸਿੱਧਾ ਜਿਹਾ ਕੀਰਤਨ ਕਰਦੇ ਹੁੰਦੇ ਸੀਗੇ ਜੀ, ਭਾਵ ਗੁਰਬਾਣੀ ਨੂੰ ਧਾਰਨਾ ਪੜ੍ਹ ਲੈਣੀ ਜੀ, ਜੋਟੀਆਂ ਵਿੱਚ ਕੀਰਤਨ ਕਰਦੇ ਹੁੰਦੇ ਸੀਗੇ ਜੀ। ਜੀਵਨ ਉਹਨਾਂ ਦਾ ਬੜਾ ਮਹਾਨ, ਬੜਾ ਜਪ ਤਪ ਕੀਤਾ ਜੀ, ਹਜ਼ੂਰ ਸਾਹਿਬ ਜਾ ਕੇ 125,000 ਜਪਜੀ ਸਾਹਿਬ ਦਾ ਪਾਠ ਕੀਤਾ ਜੀ, ਗੋਦਾਵਰੀ ਵਿੱਚ ਬੈਠ ਕੇ ਜੀ। ਅਤੇ ਦੱਸਦੇ ਵੀ ਜਿਹੜੇ ਉਸ ਸਮੇਂ ਦੇ ਮੋਨੀ ਜੀ ਸੀ ਨਾ ਜੀ, 10ਵੇਂ ਪਾਤਸ਼ਾਹ ਨੇ ਪ੍ਰਤੱਖ ਆ ਕੇ ਉਹਨਾਂ ਨੂੰ ਆਖਿਆ ਸੀ ਵੀ ਅਤਰ ਸਿੰਘ ਉੱਥੇ ਸ਼ਬਦਾਂ ਦਾ ਜਾਪ ਭਾਵ ਜਪਜੀ ਸਾਹਿਬ ਦੇ ਪਾਠਾਂ ਦਾ ਅਭਿਆਸ ਕਰਨ ਲੱਗਾ, ਅਤੇ ਤੁਸੀਂ ਪ੍ਰਸ਼ਾਦਾ ਪਹੁੰਚਾ ਕੇ ਆਇਆ ਕਰਨਾ ਜੀ ਜਾ ਕੇ। ਗੁਰੂ ਸਾਹਿਬ ਨੇ ਉਹਨਾਂ ਦੀ ਡਿਊਟੀ ਲਾਈ ਸੀ ਜੀ। ਹੁਣ ਦੀਆਂ ਗੱਲਾਂ ਜੀ ਸਾਰੀਆਂ, ਬੜਾ ਉਹਨਾਂ ਸੋਹਣਾ ਕੀਰਤਨ ਕਰਨਾ ਜੀ। ਅਤੇ ਇੱਕ ਪਿੰਡ ਦੇ ਲੋਕ ਆਏ ਜੀ ਵੀ ਸਾਡੇ ਪਿੰਡ ਵਿੱਚ ਨਸ਼ਾ ਬੜਾ, ਅਤੇ ਤੁਸੀਂ ਜਦੋਂ ਕੀਰਤਨ ਕਰੋਗੇ ਤਾਂ ਸਾਨੂੰ ਭਰੋਸਾ ਵੀ ਲੋਕਾਂ ਸ਼ਰਾਬ ਛੱਡ ਜਾਣੀ ਹੈ, ਲੋਕਾਂ ਨਸ਼ਾ ਛੱਡ ਜਾਣਾ, ਅਤੇ ਕਿਰਪਾ ਕਰੋ ਅਤੇ ਸਾਡੇ ਪਿੰਡ ਵਿੱਚ ਕੀਰਤਨ ਰੱਖੋ ਜੀ। ਉਹਨਾਂ ਤਰੀਕ ਦੇ ਦਿੱਤੀ ਜੀ, ਫਲਾਣੇ ਪਿੰਡ ਨੂੰ ਤੁਹਾਡੇ ਪਿੰਡ ਵਿੱਚ ਕੀਰਤਨ ਕਰਾਂਗੇ ਫਲਾਣੀ ਤਰੀਕ ਨੂੰ ਜੀ। ਹੁਣ ਉਹ ਜਿਹੜੀ ਦੂਜੀ ਪਾਰਟੀ ਸੀ ਉਹਨਾਂ ਨੂੰ ਬੜੀ ਐਲਰਜੀ ਹੋਈ ਵੀ ਜੇ ਬਾਬੇ ਆ ਕੇ ਕੀਤਾ ਕੀਰਤਨ ਤਾਂ ਸਾਡਾ ਤਾਂ ਬਿਸਤਰਾ ਗੋਲ ਹੋ ਜਾਏਗਾ। ਉਹਨਾਂ ਉਸੇ ਤਰੀਕ 'ਤੇ ਉਸੇ ਟਾਈਮ ਗਾਉਣ ਵਾਲੀ ਸੱਦੀ ਜੀ, ਗਾਉਣ ਵਾਲੀ ਜੀ, ਜਿਹਨੇ ਨਾਲ ਨਾਲ ਗਾਉਣਾ ਸੀ ਅਤੇ ਨਾਲ ਨਾਲ ਨਾਚ ਕਰਨਾ ਹੈਗਾ ਜੀ। ਹੁਣ ਕੀਰਤਨ ਦਰਬਾਰ ਦੀ ਗਰਾਈ ਤਾਂ ਦੇਣ ਘੱਟ ਅਤੇ ਗਾਉਣ ਵਾਲੀ ਦੀ ਗਰਾਈ ਜ਼ਿਆਦਾ ਦੇਣ ਜੀ। ਕੀਰਤਨ ਦਰਬਾਰ ਦੀ ਗਰਾਈ 5 ਜਣੇ ਇਕੱਠੇ ਹੋ ਕੇ ਕਰਨ, ਅਤੇ ਗਾਉਣ ਵਾਲੇ ਪਾਸੇ ਜਿਹੜਾ 15-20 ਜਣੇ ਜਾਣ ਗਰਾਈ ਕਰਨ ਵਾਸਤੇ। ਅਤੇ ਉਹ ਬੰਦੇ ਨਾ ਜੀ ਆਏ ਸੰਤ ਅਤਰ ਸਿੰਘ ਜੀ ਕੋਲ ਵੀ ਮਹਾਂਪੁਰਖੋ ਤਰੀਕ ਬਦਲ ਦੀਏ। ਉਹਨਾਂ ਉਸੇ ਤਰੀਕ 'ਤੇ ਗਾਉਣ ਵਾਲੀ ਸੱਦ ਲਈ ਆ, ਅਤੇ ਸਾਰਾ ਪਿੰਡ 'ਤੇ ਉੱਧਰ ਚਲ ਜਾਣਾ ਅਤੇ ਕੀਰਤਨ ਨਹੀਂ ਕਿਸੇ ਨੇ ਸੁਣਨਾ। ਹੁਣ ਵੀ ਕਈ ਪਿੰਡਾਂ ਵਿੱਚ ਜਾਣ ਬੁੱਝ ਕੇ ਇਹ ਕੰਮ ਹੁੰਦਾ ਜੀ, ਇੱਕ ਬੰਨੇ ਕੀਰਤਨ ਦਰਬਾਰ ਚੱਲਦਾ ਹੋਏਗਾ, ਦੂਜੇ ਬੰਨੇ ਗਾਉਣ ਵਾਲਿਆਂ ਦਾ ਪੰਡਾਲ ਵੀ ਲੱਗਾ ਹੋਏਗਾ ਜੀ। ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਸੱਚੇ ਸੱਚੇ ਤੇ ਗੁਰੂ ਜੀ ਕੋਲ ਆ ਜਾਂਦੇ ਜੀ। ਸੰਤ ਅਤਰ ਸਿੰਘ ਜੀ ਕਹਿਣ ਲੱਗੇ, ਭਾਈ ਅਸੀਂ ਗੁਰੂ ਵਾਲੇ ਹਾਂ, ਗੁਰੂ ਵਾਲੇ ਕਿਉਂ ਤਰੀਕ ਬਦਲਣ ਆਪਣੀ? ਕਹਿਣ ਲੱਗੇ, ਆਪਾਂ ਨਹੀਂ ਤਰੀਕ ਬਦਲਣੀ, ਇਹ ਆ ਵੀ ਆਪਾਂ ਕੀਰਤਨ ਥੋੜ੍ਹਾ ਪਹਿਲਾਂ ਸ਼ੁਰੂ ਕਰ ਦਿਆਂਗੇ ਜੀ। ਸੰਤ ਅਤਰ ਸਿੰਘ ਹੋਣੀ ਨਾ ਜੀ ਖਲੋ ਕੇ ਕੀਰਤਨ ਕਰਦੇ ਹੁੰਦੇ ਸੀਗੇ, ਵਾਜਾ ਬੈਂਚ 'ਤੇ ਰੱਖ ਕੇ, ਆਵਾਜ਼ ਉਹਨਾਂ ਦੀ ਬੜੀ ਦੂਰ ਦੂਰ ਤੱਕ ਜਾਂਦੀ ਹੁੰਦੀ ਸੀ, ਰਸ ਬੜਾ ਜੀ ਆਵਾਜ਼ ਵਿੱਚ, ਸੁਣਨ ਵਾਲਾ ਨਿਹਾਲ ਹੋ ਜਾਂਦਾ ਸੀਗਾ। ਗਾਉਣ ਵਾਲੇ ਇਹਨਾਂ ਗੱਲਾਂ ਨੂੰ ਬੜਾ ਨੋਟ ਕਰਦੇ ਜੀ। ਗਾਉਣ ਵਾਲੀ ਆਪਣੀ ਗੱਡੀ 'ਚੋਂ ਉਤਰੀ ਜੀ, ਅਤੇ ਝੋਲੀ ਚੁੱਕ ਮਹਿਕਮਾ ਉਹਨੂੰ ਜੀਆਂ ਆਇਆ ਆਖਣ ਵਾਸਤੇ ਖਲੋਤੇ, ਅਤੇ ਉਹਦੇ ਨਾਲ ਸੰਤਾਂ ਕੀਰਤਨ ਆਰੰਭ ਕਰ ਦਿੱਤਾ ਜੀ। ਗਾਉਣ ਵਾਲੀ ਨੇ ਆਵਾਜ਼ ਸੁਣੀ ਜੀ, ਉਹ ਕਹਿੰਦੀ ਕੌਣ ਗਾ ਰਿਹਾ, ਮੈਂ ਉਸ ਪਾਸੇ ਜਾਣਾ। ਉਹ ਝੋਲੀ ਚੁੱਕ ਕਹਿੰਦੇ ਵੀ ਉੱਧਰ ਸਾਡਾ ਕੀ ਕੰਮ ਹੈ, ਤੁਹਾਡਾ ਪੰਡਾਲ ਉੱਧਰ ਲਾਇਆ, ਵੇਖੋ ਕਿੰਨੀ ਦੁਨੀਆ ਤੁਹਾਨੂੰ ਉਡੀਕ ਰਹੀ ਹੈ। ਗਾਉਣ ਵਾਲੀ ਕਹਿਣ ਲੱਗੀ, ਨਹੀਂ ਜਿਹੜਾ ਬੋਲ ਰਿਹਾ ਉਹਦੀ ਆਵਾਜ਼ ਵਿੱਚ ਰਸ ਹੈ, ਮੈਂ ਉੱਧਰ ਜਾਣਾ। ਕਹਿਣ ਲੱਗੀ ਉਹ ਬਥੇਰਾ ਰੋਕਣ, ਗਾਉਣ ਵਾਲੀ ਕਹਿੰਦੀ ਮੈਂ ਤੁਹਾਡੇ ਆ ਕੇ ਪੰਡਾਲ ਵਿੱਚ ਵੀ ਗਾਵਾਂਗੀ, ਪਰ ਮੈਨੂੰ ਇੱਕ ਵਾਰੀ ਉੱਥੇ ਜਾ ਲੈਣ ਦਿਓ, ਮੈਂ ਵੇਖਣਾ ਚਾਹੁੰਦੀ ਵੀ ਕੌਣ ਗਾਉਂਦਾ ਜੀ। ਗਾਉਣ ਵਾਲੀ ਦੇ ਬੰਦੇ ਵੀ ਨਾਲ ਤੁਰੇ, ਅਤੇ ਹੁਣ ਜਦੋਂ ਗਾਉਣ ਵਾਲੀ ਨੇ ਜਾਣਾ ਸੀ ਤਾਂ ਝੋਲੀ ਚੁੱਕਾਂ ਨੂੰ ਨਾਲ ਹੀ ਤੁਰਨਾ ਪਿਆ ਜੀ।
ਪੰਡਾਲ ਦੇ ਅੰਦਰ ਐਂਟਰ ਹੋਏ, ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਅਤੇ ਇੱਕ ਪਾਸੇ ਸੰਤ ਅਤਰ ਸਿੰਘ ਹੁਣੀ ਖਲੋ ਕੇ ਕੀਰਤਨ ਕਰਨ ਦੇ ਜੀ। ਇੰਨਾ ਰਸ ਸੀ ਉਹਨਾਂ ਦੇ ਕੀਰਤਨ 'ਚ, ਉਹ ਚਾਹੁਣ ਵੀ ਗਾਉਣ ਵਾਲੀ ਜਿਹੜੀ ਆ ਉਹ ਜਾ ਕੇ ਛੇਤੀ ਛੇਤੀ ਸਾਡੇ ਆਪਣੇ ਪੰਡਾਲ 'ਚ ਪਹੁੰਚੇ। ਗਾਉਣ ਵਾਲੀ ਕਹਿਣ ਲੱਗੀ, ਪ੍ਰਭੋ ਮੇਰੇ ਵੱਸ ਦੀ ਗੱਲ ਨਹੀਂ 'ਚ, ਮੇਰਾ ਜੀ ਕਰਦਾ ਵੀ ਮੈਂ ਬਹਿ ਕੇ ਕੀਰਤਨ ਸੁਣਾ ਜੀ। ਉਹ ਬਹਿ ਗਈ ਜੀ ਅੱਗੇ ਚੌਂਕੜੀ ਮਾਰ ਕੇ, ਉਹਦੇ ਨਾਲ ਦੇ ਬੰਦੇ ਸਾਰੇ ਬਹਿ ਗਏ ਜੀ ਚੌਂਕੜੀ ਮਾਰ ਕੇ। ਢਾਈ ਘੰਟੇ ਸੰਤਾਂ ਕੀਰਤਨ ਕੀਤਾ ਅਤੇ ਢਾਈ ਘੰਟੇ ਨਾਲੇ ਉਹ ਕੀਰਤਨ ਸੁਣਦੀ ਰਹੀ ਅਤੇ ਨਾਲੇ ਰੋਂਦੀ ਰਹੀ ਜੀ, ਉਹ ਜੀ ਰੋਂਦੀ ਰਹੀ ਜੀ ਉਹ। ਅਤੇ ਸੰਤਾਂ ਕੀਰਤਨ ਦੀ ਸਮਾਪਤੀ ਤੋਂ ਬਾਅਦ ਆਖਿਆ ਵੀ ਅੰਮ੍ਰਿਤ ਛਕੋ ਸਾਰੀ ਸੰਗਤ। ਹਾਂਜੀ, ਸਭ ਤੋਂ ਪਹਿਲਾਂ ਉਹਨੇ ਹੱਥ ਖੜਾ ਕੀਤਾ ਜੀ, ਕਹਿਣ ਲੱਗੀ ਮੈਂ ਵੀ ਛਕਾਂਗੀ ਅਤੇ ਆ ਮੇਰੇ ਨਾਲ ਢੋਲਕੀ ਚਮਟਿਆਂ ਵਾਲੇ ਸਾਰੇ ਹੀ ਛਕਣਗੇ ਅੰਮ੍ਰਿਤ ਕਹਿਣ ਲੱਗੇ ਹੈ। ਅਤੇ ਨਾਲੇ ਉਹਨੇ ਇਹ ਆਖਿਆ, ਅੱਜ ਤੋਂ ਬਾਅਦ ਇਹ ਜ਼ੁਬਾਨ ਗੁਰੂ ਨਾਨਕ ਸਾਹਿਬ ਦੇ ਘਰ ਦਾ ਜਸ ਗਾਏਗੀ, ਬੁਰਾ ਗੀਤ ਨਹੀਂ ਗਾਏਗੀ ਕਹਿਣ ਲੱਗੇ। ਭਾਵ ਇੰਨਾ ਕਮਾਲ ਦਾ ਜੀਵਨ ਜੀ ਉਹਨਾਂ ਦਾ ਜੀ, ਕਿਸੇ ਦਾ ਜੀਵਨ ਬਦਲਣ ਵਾਸਤੇ ਆਪਣਾ ਜੀਵਨ ਹੋਣਾ ਚਾਹੀਦਾ ਜੀ, ਫਿਰ ਜੀਵਨ ਬਦਲਿਆ ਜਾਂਦਾ, ਜੀਵਨ ਐਵੇਂ ਨਹੀਂ ਬਦਲੇ ਜਾਂਦੇ ਜੀ। ਬੜੀ ਸੰਤ ਅਤਰ ਸਿੰਘ ਹੁਣਾਂ ਕਮਾਈ ਕੀਤੀ ਜੀ। ਇਹੋ ਜਿਹੇ ਗੁਰਸਿੱਖਾਂ ਦਾ ਜਦੋਂ ਬੰਦਾ ਜੀਵਨ ਪੜ੍ਹਦਾ, ਉਹਦੇ ਆਪਣੇ ਜੀਵਨ ਦੀ ਤਰੱਕੀ ਹੋਣੀ ਸ਼ੁਰੂ ਹੋ ਜਾਂਦੀ ਜੀ। ਸੱਚੇ ਪਾਤਸ਼ਾਹ ਮਿਹਰ ਕਰਨ, ਭੁੱਲਾਂ ਚੁੱਕਣ ਦੀ ਖੀਮਾ, ਮਹਾਰਾਜ ਨੇ ਬਾਗ ਵਿੱਚ ਸੰਗਤ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦਿੱਤੇ। ਇਹਦੇ ਤੋਂ ਅਗਲਾ ਪ੍ਰਸੰਗ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।